ਸ਼੍ਰੀ ਅਕਾਲ, ਕੀ ਹਾਲ ਚਾਲ ਹੈ ਜੀ ਤੁਹਾਡੇ ਸਾਰਿਆਂ ਦਾ। ਲਓ ਜੀ, ਹਾਜ਼ਰ ਹਾਂ ਲੈ ਕੇ ਤੁਹਾਡਾ ਆਪਣਾ ਫੇਵਰਿਟ ਸ਼ੋਅ ਜਿਹਦਾ ਨਾਮ ਹੈ ਜੀ ਜਨਾਬ, ਜੀ ਜਨਾਬ ਅਤੇ ਜੀ ਜਨਾਬ। ਉਹ ਜਨਾਬ ਤਾਂ ਅਸੀਂ ਸਿਰਫ ਤੁਹਾਨੂੰ ਕਹਿ ਸਕਦੇ ਹਾਂ ਜੀ, ਕਿਉਂਕਿ ਸਾਡਾ ਕੰਮ ਹੈ ਸਿਰਫ ਡਿਊਟੀ ਕਰਨਾ। ਕਿਉਂ ਵੀ ਲਵ ਯੂ ਸਰ? ਮੇਰੇ ਵੱਲੋਂ ਯਾਨੀ ਕਿ ਬਿਊਟੀਫੁਲ ਲਵ ਯੂ ਵੱਲੋਂ ਤੁਹਾਨੂੰ ਜੈ ਹਿੰਦ। ਜੈ ਹਿੰਦ ਵੀ, ਜੈ ਹਿੰਦ ਤਾਂ ਚਲੋ ਠੀਕ ਹੈ ਬੇਟਾ, ਪਰ ਤੈਨੂੰ ਨਹੀਂ ਲੱਗਦਾ ਤੂੰ ਇੱਕ ਸ਼ਬਦ ਦੀ ਬੇਇੱਜ਼ਤੀ ਕੀਤੀ ਹੈ? ਬਿਊਟੀਫੁਲ ਕੁਝ ਹੋਰ ਕਹਿ ਲੈਂਦੀ ਬੇਟਾ। ਜਿਹੜਾ ਸਰ ਸ਼ਬਦ ਹੀ ਬਿਊਟੀਫੁਲ ਆ, ਉਹ ਤਾਂ ਆਲਰੇਡੀ ਬਿਊਟੀਫੁਲ ਆ ਨਾ। ਸ਼ਬਦ ਬਿਊਟੀਫੁਲ ਹੈ ਨਾ, ਉਹ ਸ਼ਬਦ ਨੂੰ ਤੂੰ ਆਪਣੇ ਨਾਲ ਲਾ ਕੇ ਜਿਹੜਾ ਉਹਨੂੰ ਅਨਬਿਊਟੀਫੁਲ ਕੀਤਾ, ਉਹ ਟੈਲੈਂਟ ਮੈਨੂੰ ਥੋੜਾ ਦੱਸ। ਛੱਡੋ ਸਰ ਸਾਰੀਆਂ ਗੱਲਾਂ, ਤੁਸੀਂ ਮੇਰਾ ਮੇਨ ਟੈਲੈਂਟ ਦੇਖੋ। ਮੇਨ ਕੀ ਟੈਲੈਂਟ ਆ ਪੁੱਤਰ? ਹਾਈ ਸਰ, ਮਤਲਬ ਮੈਂ ਬੋਲੀ ਪਾ ਕੇ ਦਿਖਾਉਂਦੀ ਹਾਂ। ਬੋਲੀ ਤੂੰ ਛੱਡ ਦੇ, ਤੂੰ ਸਰ ਮੈਨੂੰ ਇੰਨਾ ਦੱਸ ਕਿ ਤੂੰ ਬਿਊਟੀਫੁਲ ਕਿੱਦਾਂ ਕਿਹਾ? ਤੈਨੂੰ ਪਤਾ ਜੇ ਤੂੰ ਗੌਰ ਨਾਲ ਆਪਣੀ ਸ਼ਕਲ ਦੇਖੇ ਬੇਟਾ। ਹਾਂਜੀ ਸਰ। ਚਾਹ 'ਚ ਡੁੱਬੇ ਹੋਏ ਰਾਸਰ ਕੀ ਸ਼ਕਲ ਹੈ ਤੇਰੀ, ਜਦੋਂ ਨੂੰ ਕੱਢ ਢਿੱਲਾ ਨਹੀਂ ਹੋ ਜਾਂਦਾ ਤੇ ਤੂੰ ਆਪਣੇ ਆਪ ਨੂੰ ਬਿਊਟੀਫੁਲ ਲਾ ਲਿਆ। ਸਰ ਖਾਣ ਦਾ ਮਜ਼ਾ ਪਤਾ ਕਿੰਨਾ ਆਉਂਦਾ ਉਹਨੂੰ। ਸਰ ਤੁਸੀਂ ਬੋਲੀ ਸੁਣੋ ਮੇਰੇ ਕੋਲੋਂ, ਬਾਰੀ ਬਾਰੀ ਕਰਨ ਗਈ ਸੀ, ਬਾਰੀ ਬਾਰੀ ਕਰਨ ਗਈ ਸੀ, ਕੱਟ ਕੇ ਲਿਆਂਦੀ ਤਾਂ ਉਹੀ ਭੰਨਣੀ ਹੈ ਤੇਰੀ। ਸਰ ਟਾਈਮ ਲੱਗੇਗਾ ਹਜੇ ਥੋੜਾ ਜਿਹਾ ਨਾ, ਉਹ ਥੋੜਾ ਬੈਲੈਂਸ ਦੇਖਣਾ ਪੈਂਦਾ। ਸਰ ਮੇਰੀ ਗੱਲ ਸੁਣੋ, ਤੁਸੀਂ ਮੇਰੀ ਬੋਲੀ ਦੇ ਵਿੱਚ ਨਾ ਬੋਲਿਆ ਕਰੋ, ਐਵੇਂ ਤੁਹਾਡੇ ਨੁੱਕਰ ਨਾਕਰ ਵੱਜ ਗਈ, ਐਵੇਂ ਸੱਟ ਲੱਗ ਜਾਣੀ ਹੈ। ਠੀਕ ਹੈ, ਬੋਲੀ ਦੀ ਨੁੱਕਰ ਵੱਜ ਜੇਗੀ। ਹਾਂਜੀ, ਵਾਹ। ਹਾਲਾਂਕਿ ਤੇਰਾ ਮੂੰਹ ਵੀ ਕਿਸੇ ਨੁੱਕਰ ਤੋਂ ਘੱਟ ਨਹੀਂ, ਵੱਜ ਹੋ ਵੀ ਸਕਦਾ, ਪਰ ਮੈਂ ਉਹ ਇਸੇ ਕਰਕੇ ਇੱਕ ਗੈਪ ਬਣਾ ਕੇ ਰੱਖਣਾ। ਕੀਪ ਡਿਸਟੈਂਸ, ਜਿੱਦਾਂ ਮੇਰੇ ਮੂੰਹ ਦੀ ਨੁੱਕਰ ਆ ਉਹਦੀ ਬੋਲੀਆਂ ਦੀ ਨੁੱਕਰ ਵੀ ਤਿਆਰ ਕਰਕੇ ਰੱਖੇ। ਬੋਲੀ ਸੁਣਾ, ਮੂੰਹ ਨਾ ਖਰਾਬ ਕਰ। ਬਾਰੀ ਬਾਰੀ ਕਰਨ ਗਈ ਸੀ, ਬਾਰੀ ਬਾਰੀ ਕਰਨ ਗਈ ਸੀ, ਕੱਟ ਕੇ ਲਿਆਂਦੀ ਤਾਂ ਉਹ ਸਾਰੇ ਮੇਰੇ ਫੈਨ ਨੇ ਜਿਹੜੇ ਸ਼ੋਅ ਵਿੱਚ ਕਰਦੇ ਨੇ ਫੋਨ, ਉਹ ਸਾਰੇ ਮੇਰੇ ਫੈਨ ਨੇ। ਕੀ ਬਾਤ ਹੈ, ਲਵ ਯੂ। ਕਦੀ ਕਦੀ ਮੇਰਾ ਦਿਲ, ਅੱਛਾ ਲਵ ਯੂ, ਤੈਨੂੰ ਲੱਗਦਾ ਇਸ ਗੱਲ ਤੋਂ ਬਾਅਦ ਤੈਨੂੰ ਕਿਤੇ ਜਾਣਾ ਚਾਹੀਦਾ? ਹਾਈ ਸਰ, ਕਿੱਥੇ? ਟੱਠੇ ਖੂਹ 'ਚ, ਕਿਉਂਕਿ ਬਹੁਤ ਅੱਛੀ ਗੱਲ ਤਾਂ ਨਹੀਂ ਕੀਤੀ ਤੂੰ, ਤੇਰੇ ਫੈਨ ਨੇ। ਸਰ ਮੈਨੂੰ ਜਗ੍ਹਾ ਦੱਸ ਦੇ, ਲੋਕੇਸ਼ਨ ਸੈਂਡ ਕਰ ਦਿਓ, ਮੈਂ ਚਲੀ ਜਾਊਂਗੀ। ਜਾਏਂਗੇ ਨਾ ਟੱਠੇ ਖੂਹ? ਹਾਂਜੀ ਸਰ। ਹਾਂ, ਚੱਲ ਜੀ ਚੱਲ ਜੀ, ਡਰ ਤਾਂ ਨਹੀਂ ਲੱਗੂਗਾ ਤੈਨੂੰ? ਹਾਈ ਸਰ, ਮੈਂ ਜਦੋਂ ਜਾਊਂਗੀ, ਵੈਸੇ ਮੈਨੂੰ ਇਕੱਲੀ ਨੂੰ ਡਰ ਲੱਗਦਾ, ਤੁਸੀਂ ਜੇ ਨਾਲ ਚਲੇ ਗਏ ਨਾ। ਹੈਰਾਨੀ ਵਾਲੀ ਗੱਲ ਹੈ ਵੀ ਟਾਰਚ ਵਾਲਾ ਮੂੰਹ ਲੈ ਕੇ ਹਜੇ ਵੀ ਡਰ ਲੱਗਦਾ ਇਹਨੂੰ। ਉਹ ਪੁੱਤਰੇ, ਆਪਣਾ ਮੂੰਹ ਜਗਾ, ਉਹਨੂੰ ਲੈ ਕੇ ਜਾ, ਸਮਝ ਆਈ ਤੈਨੂੰ? ਸਰ ਜਗਾ ਲਊਂਗੀ ਜਦੋਂ ਟਾਈਮ ਆਇਆ। ਤੇਰਾ ਟਾਈਮ ਆਇਆ ਹੀ ਨਹੀਂ ਹਜੇ, ਰਣਵੀਰ ਸਿੰਘ ਦਾ ਆ ਗਿਆ, ਤੇਰਾ ਆਇਆ ਹੀ ਨਹੀਂ ਹਜੇ। ਮੈਂ ਸਿਰ ਬੋਲੀ ਪਾਣੀ ਆ ਫਿਰ ਕੋਲ। ਜੇ ਤੂੰ ਵੀ ਚਾਹਨੀ ਤੇਰਾ ਟਾਈਮ ਆ, ਗੰਦੀਆਂ ਗਲੀਆਂ 'ਚ ਫਿਰ ਤੇਰਾ ਟਾਈਮ ਤਾਂ ਆਈ। ਹਾਂ ਚੱਲ, ਤੂੰ ਨੌਣੀਆਂ ਗਲੀਆਂ ਦੇ ਵਿੱਚ ਹੀ ਰਹਿੰਦੀਆਂ ਹੋ, ਹਜੇ ਵੀ ਸਾਡਾ ਘਰ ਉੱਥੇ ਆ। ਪੁੱਤਰ ਗਲੀਆਂ 'ਚ ਨਹੀਂ ਰਹਿੰਦਾ ਬੰਦਾ, ਸਿਰਫ ਇੱਕ ਗਲੀ 'ਚ ਰਹਿੰਦਾ। ਗਲੀਆਂ 'ਚ ਕੌਣ ਰਹਿੰਦਾ, ਅਲੱਗ ਅਲੱਗ ਗਲੀਆਂ 'ਚ। ਸਰ ਸਾਨੂੰ ਹੋ ਕੇ ਗਲੀਆਂ ਦੇ ਵਿੱਚੋਂ ਜਾਣਾ ਪੈਂਦਾ ਨਾ। ਉਹ ਸੱਚ, ਤੇਰੇ ਫਾਦਰ ਸਾਹਿਬ ਦਾ ਕੰਮ ਵੀ ਆ। ਸੱਚ, ਠੀਕ ਹੈ ਠੀਕ। ਸਰ ਡੈਡੀ ਫੋਨ ਕਰਕੇ ਕਹਿੰਦੇ ਹੁੰਦੇ ਗਲੀਆਂ ਗਲੀਆਂ ਹੋ ਜੀ ਬਸ। ਕੀ ਗਲੀਆਂ ਗਲੀਆਂ ਹੋ ਜੀ ਬਸ, ਜਦੋਂ ਕਰ ਗੱਲ ਫਿਰ ਇੱਕ ਦਫ। ਹਾਈ ਸਰ, ਇਹ ਤਾਂ ਜੂਣੇ ਦਾ ਫੋਨ ਲੱਗਦਾ ਪਿਆ। ਜੂਣਾ? ਹੈਲੋ ਜਨਾਬ, ਮੈਂ ਜੂਣਾ ਬੋਲਦਾ। ਉਹ ਜੂਣਾ ਕੌਣ? ਉਹ ਜੂਣਾ ਕੌਣ ਨਹੀਂ ਜੀ, ਜੂਣਾ ਡੋਨ। ਆਹੋ, ਜੂਣਾ ਡੋਨ ਕੌਣ? ਤੁਹਾਡਾ ਜੂਣਾ ਡੋਨ। ਉਹ ਸਾਡਾ ਜੂਣਾ ਡੋਨ? ਸਾਡਾ ਜੂਣਾ ਡੋਨ ਕੌਣ? ਮਤਲਬ ਕੌਣ ਜੂਣਾ ਡੋਨ ਤੇ ਸਾਡਾ ਕਿਉਂ ਜੂਣਾ? ਤੁਹਾਡਾ ਇਕਲੌਤਾ ਕੈਦੀ, ਕੈਦੀ ਜੂਣਾ ਡੋਨ। ਹਾਂਜੀ ਸਾਡਾ। ਅੱਛਾ ਅੱਛਾ, ਉਹ ਸਰਾਣੇ ਆ ਜਾ, ਤੂੰ ਆਇਆ ਨਹੀਂ ਅੱਜ? ਜਨਾਬ ਮੈਂ ਬਸ ਆ ਗਿਆ, ਮੈਨੂੰ ਜੋਬ ਮਿਲ ਗਈ ਆ। ਹੈਂ? ਹਾਂ ਜੀ ਜੀ, ਜੋਬ ਮਿਲ ਗਈ। ਬੇਟਾ ਬੜੀ ਖੁਸ਼ੀ ਦੀ ਗੱਲ ਆ, ਅੱਜ ਤੱਕ ਤੈਨੂੰ ਲਾਂਤੀ ਮਿਲੀ ਹੈ, ਜਦੋਂ ਮਿਲੀ ਹੈ ਜੇ ਤੈਨੂੰ ਜੋਬ ਮਿਲ ਗਿਆ, ਮੈਨੂੰ ਇਸ ਤੋਂ ਵੱਧ ਖੁਸ਼ੀ ਕਿਹਨੂੰ ਹੋ ਸਕਦੀ ਹੈ? ਦੱਸ, ਜਿਹੜੇ ਬੰਦੇ ਨੇ, ਇੱਕ ਮਿੰਟ ਚਲਦੀ ਗੱਲ 'ਚ ਵਿੱਚ ਬੋਲੀ ਨਾ ਤੂੰ, ਜਿਹੜੀ ਮਤਲਬ ਬੇਟਾ ਮੈਂ ਤੈਨੂੰ ਇੰਨਾ ਸੁਧਾਰਿਆ, ਇੰਨਾ ਮਤਲਬ ਆਪਣੇ ਵੱਲੋਂ ਐਫਰਟ ਕੀਤੇ, ਤੂੰ ਸੁਧਰ ਕੇ, ਮੈਂ ਇਸ ਤੋਂ ਵੱਧ ਹੋਰ ਖੁਸ਼ੀ ਕਿਹਨੂੰ ਹੋ ਸਕਦੀ ਹੈ? ਜਨਾਬ ਤੁਸੀਂ ਕਹਿੰਦੇ ਸੀ ਨਾ ਕੋਈ ਕੰਮ ਕਰ, ਮੈਂ ਕੰਮ ਕਰ ਲਿਆ। ਚਲੋ, ਤੂੰ ਕੰਮ ਕਰ ਲਿਆ? ਹਾਂ, ਮਤਲਬ ਜੋਬ ਲੱਗ ਗਿਆ, ਮੈਂ ਕੰਮ ਕਰਨ ਲੱਗ ਗਿਆ। ਪੁੱਤਰ ਕਦੀ ਕਦੀ ਮੈਨੂੰ ਡਰ ਇਹ ਲੱਗਦਾ ਕੰਮ ਤੈਨੂੰ ਨਾ ਕਰ ਜਾਵੇ, ਕਿਉਂਕਿ ਕੰਮ ਕਰਨ ਜੋਗਾ ਤਾਂ ਤੂੰ ਹਜੇ ਥੋੜਾ। ਚਲ ਚੱਲ ਪੁੱਤਰ, ਖੁਸ਼ੀ ਇਸ ਗੱਲ ਦੀ, ਤੇ ਫਿਰ ਹੁਣ ਮਤਲਬ ਤੂੰ ਨਹੀਂ ਆਣਾ ਕਰਨਾ ਠਾਣੇ? ਜਨਾਬ ਮੈਂ ਆ ਰਿਹਾ ਵਾ। ਉਹ ਜੋਬ ਕਾ, ਜੋਬ ਕਾਦੀ ਲੱਗੀ ਤੇਰੀ? ਮੈਂ ਬੌਂਸਰ ਲੱਗ ਗਿਆ, ਬੌਂਸਰ। ਕੀ ਲੱਗ ਗਿਆ? ਸਿੰਗਰ, ਰਾਈਟਰ, ਐਕਟਰ ਦਾ ਬੌਂਸਰ ਲੱਗ ਗਿਆ। ਸਰ ਮੈਨੂੰ ਲੱਗਦਾ ਤਿੰਨ ਬੰਦਿਆਂ ਦਾ ਇੱਕੋ ਬੌਂਸਰ ਲੱਗ ਗਿਆ, ਉਹ ਵੀ ਅੱਧਾ। ਓ ਜਨਾਬ, ਵਾ ਬੰਦਾ ਇੱਕ ਹੀ ਆ। ਹਾਂ, ਬੰਦਾ ਇੱਕ ਹੀ ਆ। ਹਾਂ, ਮੈਂ ਉਹਨਾਂ ਨੂੰ ਹੁਣੇ ਲੈ ਕੇ ਆਉਣਾ ਤੁਹਾਡੇ ਕੋਲ। ਉਹ ਤੂੰ ਥਾਣੇ ਲੈ ਕੇ ਆ ਰਿਹਾ? ਹਾਂ ਹਾਂ, ਪੱਕਾ ਜੀ? ਹੁਣੇ ਸੈਲੀਬ੍ਰਿਟੀ ਆ ਰਹੇ ਸਰ? ਜੀ ਜੀ, ਮੇਰੇ ਕੋਲ ਬੰਦੇ ਬਹੁਤ ਆ, ਮੇਰੇ ਮਗਰ ਪਏ ਆ, ਬਸ ਮੈਂ ਆ ਗਿਆ। ਲੋ ਜੀ ਪੁੱਤਰ, ਫਿਰ ਤੂੰ ਰੱਖਿਆ ਕਰਾ, ਤੇ ਤੇ ਤੇਰੇ ਕੋਲ ਦੌੜਿਆ ਨਹੀਂ ਜਾਂਦਾ ਹੁਣ। ਨਹੀਂ, ਕਿਉਂਕਿ ਬੰਦੇ ਬਹੁਤ ਆ ਤੇਰੇ ਪਿੱਛੇ। ਆ ਗਿਆ ਜੀ, ਆ ਗਿਆ, ਆ ਰਿਹਾ, ਆ ਰਿਹਾ। ਇੱਕ ਮਿੰਟ, ਹਜੇ 2 ਮਿੰਟ ਲਾਈ, ਮੈਂ ਜਰਾ ਸਫਾਈ ਸੁਈ ਕਰਾ ਲਾਂ। ਠੀਕ ਆ, ਠੀਕ ਆ, ਠੀਕ ਆ, ਠੀਕ ਆ। ਲੈ ਵੀ ਲਵ ਯੂ। ਹਾਂਜੀ ਸਰ। ਲੈ ਵੀ, ਸੈਲੀਬ੍ਰਿਟੀ ਆਉਣ ਵਾਲਾ, ਬੁਰਸ਼ ਫੜ ਤਾਂ ਪਿੱਛੇ ਬਾਥਰੂਮ ਕਰ ਦੇ ਚਕਾ ਚੱਕ ਸਾਫ਼ ਜਰਾ। ਹਾਂਜੀ ਸਰ, ਆ ਗਈ ਮਰਮੀ ਚੁੱਕ ਦੇ। ਸੈਲੀਬ੍ਰਿਟੀ ਨੇ ਕਹਿਤਾ ਕਿ ਵਾਸ਼ਰੂਮ ਹੈ ਤੇ ਸਾਫ਼ ਤੇ ਹੋਣਾ ਚਾਹੀਦਾ। ਤੁਸੀਂ ਜਿਉਣੇ ਤੋਂ ਕਰਵਾ ਲਵਾਂਗੇ? ਹੈ? ਓਏ ਓ, ਹੁਣ ਬਾਉਂਸਰ ਲੱਗ ਗਿਆ। ਹਾਏ ਸਰ, ਜਿਹੜਾ ਕਿਸੇ ਮੂੰਹ ਨਹੀਂ ਲੱਗਦਾ ਬਾਉਂਸਰ ਲੱਗ ਗਿਆ। ਦੱਸ ਸਰ, ਉਹ ਤਾਂ ਬਾਉਂਸਰ ਹੀ ਲੱਗਣਾ ਚਾਹੀਦਾ ਉਹਨੂੰ। ਹੈ? ਬਾਉਂਸਰ ਸਾਈਡ ਬਾਈ ਸਾਈਡ, ਸਾਈਡ ਸਾਈਡ ਹੋ ਜਾਓ, ਸਾਈਡ ਸਾਰੇ ਸਾਈਡ ਸਾਈਡ ਸਾਈਡ। ਸਸਿਕਾ ਸਸਿਕਾ, ਓਏ ਇਹ ਤਾਂ ਤਸੇਮ ਚੱਸੜ ਜੀ। ਹਾਏ ਲੈ ਸਸਿਕਾ ਜੀ। ਓ ਯਾਰ, ਮੈਂ
ਮੈਂ ਜੁਣੇ ਕਿੱਦਾਂ ਥੈਂਕਸ ਕਰਾਂ ਤੇਰਾ? ਪੈਸੇ ਨਾ ਕਰ ਦੋ ਨਹੀਂ ਪੁੱਤ, ਸ਼ੋਅ ਖਤਮ ਹੋਣ ਤੇ ਮੈਨੂੰ ਅੱਧਾ ਘੰਟਾ ਦੇ, ਤੇਰਾ ਪਟਿਆ ਨਾਲ ਕਰਨਾ ਮੈਂ ਮੈਨੂੰ ਸਰਵਾ। ਟਾਈਮ ਕੱਢ ਕੇ ਗੰਨੇ ਵਾਲੀ ਮਸ਼ੀਨ ਚ ਮੂੰਹ ਦਿੱਤਾ ਤੇਰਾ, ਤੇ ਤੂੰ ਕਹਿੰਦੀ ਕਿ ਬਹੁਤ ਸੋਹਣੀ ਹੈ, ਕੋਈ ਸੈਲੀਬ੍ਰਿਟੀ ਆਇਆ ਕੋਈ ਗੱਲ ਕਰ ਲੈਂਦੇ ਆਉਂਦੇ ਸ਼ੁਰੂ ਹੋ ਗਈ। ਸਰ ਇੱਕ ਬੋਲੀ ਪਾ ਦਵਾਂ ਛੋਟੀ ਜੀ? ਜਿੱਦਾਂ ਤੇਰਾ ਮੂੰਹ ਨਾ ਤੈਨੂੰ ਸਿਰਫ ਕਲੇਸ਼ ਸੱਜਦੇ, ਤੂੰ ਕਲੇਸ਼ ਪਾਇਆ ਕਰ, ਜੇ ਤੇਰਾ ਮਨ ਬੋਲੀ ਦਾ ਤੇ ਪਾ ਲਾ। ਸਰ ਜਦੋਂ ਵਿਆਹ ਹੋਇਆ ਉਹਦੇ ਘਰ ਜਾ ਕੇ ਪਾਉਂਗੀ ਕਲੇਸ਼ ਜਿਹਦੇ ਨਾਲ ਹੋਇਆ ਸਰ ਮੇਰਾ। ਅੱਛਾ ਚੱਲ ਚੱਲ ਬੋਲੀ ਪਾ, ਬੋਲੀ ਪਾਣੀ ਬਾਰੀ ਬਾਰੀ ਕਿੰਨੀ ਕਿਸੇ ਬਾਰੀ ਬਾਰੀ ਕਿੰਨੀ ਜਦੋਂ ਮੈਂ ਬੋਲੀ ਪਾਉਣ ਗਈ ਨਾ ਸਰ, ਬੜੀ ਰੇਸ ਘੱਟ ਜੂ ਬੋਲੀ ਦੀ। ਹਾਂਜੀ ਬੜੀ ਰੇਸ, ਥੋੜੀ ਜਿਹੀ ਘੱਟ ਜੂ ਬੋਲੀ ਦੀ, ਐਵਰੇਜ ਜ਼ਿਆਦਾ। ਅੱਛਾ ਠੀਕ ਹੈ, ਹਾਂਜੀ ਕੋਈ ਨਵਾਂ ਤੇਲ ਪੀ ਰਹੀ ਹੈ ਨਾ ਅੱਜ ਕੱਲ? ਚਾਹ ਤੇ ਪੀਂਦੀ ਨਹੀਂ ਸਵੇਰੇ? ਸਾਡੇ ਮਹੱਲੇ ਚ ਪੈ ਗਿਆ ਰਫ, ਅੱਜ ਸਾਡੇ ਥਾਣੇ ਵਿੱਚ ਆਏ ਤਰਸੇਮ ਜੱਸੜ, ਅੱਜ ਸਾਡੇ ਥਾਣੇ ਵਿੱਚ ਆਏ ਤਰਸੇਮ ਜੱਸੜ। ਭਾਜੀ ਇੰਨਾ ਸੀਰੀਅਸ ਨਹੀਂ ਲੈਣਾ ਇਸ ਗੱਲ ਨੂੰ, ਇਹ ਸੈਲੀਬ੍ਰਿਟੀ ਦੇਖ ਕੇ ਲੈਂਡ ਮਾਰਨ ਨਾਲ ਫਲੈਟ ਕਰਨਾ ਸ਼ੁਰੂ ਕਰ ਦਿੰਦੀ ਆ, ਔਰ ਸੈਲੀਬ੍ਰਿਟੀ ਦੇ ਹਿਸਾਬ ਨਾਲ ਬੋਲੀ ਵੀ ਚੇਂਜ ਕਰਨ ਦੀ। ਹੁਣ ਪਿਛਲੇ ਹਫ਼ਤੇ ਨਿੰਜਾ ਜੀ ਆਏ ਸੀ, ਕਹਿੰਦੀ ਬਾਜੀ ਬਸੀ ਕੱਢਣ ਗਿਆ ਸੀ, ਕੱਢ ਕੇ ਲਿਆਂਦਾ ਮੰਜਾ, ਆਈ ਲਵ ਨਿੰਜਾ, ਇਹ ਗੱਲ ਹੋ ਗਈ ਦੱਸੋ? ਮਤਲਬ ਸੈਲੀਬ੍ਰਿਟੀ ਦੇ ਹਿਸਾਬ ਨਾਲ ਜਾਂ ਇੱਕ ਤੇ ਰਹਿ ਬੇਟਾ, ਇੱਕ ਤੇ ਤੂੰ ਤੇ ਮੇਰੀ ਬੇਇੱਜ਼ਤੀ ਕਰਾਈ, ਅਫਸਰ ਬੰਦੇ ਦੀ ਬੇਇੱਜ਼ਤੀ ਕਰਾਈ। ਸਰ ਵਿਆਹ ਫਿਰ ਇੱਕੋ ਨਾਲ ਹੋਊਗਾ ਨਾ, ਉਹਦਾ ਬੋਏਫ੍ਰੈਂਡ ਤਾਂ ਜਿਹਨੇ ਮਰਜ਼ੀ ਰੱਖੋ, ਇਹ ਤਾਂ ਜਿਹੜਾ ਬੋਲ ਕੁਛ ਨਾ, ਕੁਛ ਲਾਲਿਆਂ ਦੇ ਸਰਾਣੇ ਆ, ਕੁਛ ਖਾਣ ਨੂੰ ਮੰਗਾ ਲਓ। ਭਾਈ ਇਹਦਾ ਗੌਰ ਨਾਲ ਦੇਖੋ, ਇਦਾਂ ਨਾ ਤਾਂ ਦੁਕਾਨ ਤੇ ਇਹੋ ਜਿਹੇ ਸਰਾਣਿਆਂ ਤੇ ਲਾਲਿਆਂ ਨੂੰ ਕੋਈ ਨਹੀਂ ਰੱਖੀ ਹੁੰਦੀ। ਨਹੀਂ ਨਹੀਂ ਇਹ ਨਹੀਂ ਹੋਣਾ, ਅੱਧਾ ਅੱਜ ਤੇ ਨਾ ਬੇਇੱਜ਼ਤੀ ਕਰੋ, ਬੌਂਸਰ ਲੱਗ ਗਾਂ ਕੀ ਕਰੀ ਜਾਂਦੇ। ਹੁਣ ਮੈਂ ਨਾ ਤੇਰੇ ਨਾਲ ਗੱਲ ਕਰਨੀ ਨਾ ਮੈਂ ਤੇਰੇ ਨਾਲ ਗੱਲ ਕਰਨੀ, ਮੈਂ ਗੱਲ ਕਰਨੀ ਭਾਜੀ ਨਾਲ। ਭਾਜੀ ਮੈਂ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ, ਕਿਉਂਕਿ ਤੁਹਾਡੀ ਨਵੀਂ ਫਿਲਮ ਰੱਬ ਦਾ ਰੇਡੀਓ 2 ਆ ਰਹੀ ਆ, ਔਰ ਰੱਬ ਦਾ ਰੇਡੀਓ 1 ਨੂੰ ਲੋਕਾਂ ਨੇ ਭਰਵਾਂ ਹੁੰਗਾਰਾ, ਭਰਵਾਂ ਪਿਆਰ ਦਿੱਤਾ, ਔਰ ਲੋਕਾਂ ਨੂੰ ਵੇਟ ਸੀ ਰੱਬ ਦਾ ਰੇਡੀਓ 2 ਦੀ। ਤੇ ਕਦੋਂ ਰਿਲੀਜ਼ ਹੋ ਰਹੀ ਹੈ? ਵੈਸੇ ਤਾਂ ਸਾਨੂੰ ਪਤਾ, ਪਰ ਤੁਸੀਂ ਜੇ ਆਪਣੇ ਮੂੰਹ ਦੱਸੋਗੇ ਤਾਂ। ਕੱਲ੍ਹ ਨੂੰ ਰਿਲੀਜ਼ ਹੋ ਰਹੀ ਹੈ ਜੀ, 29 ਤਰੀਕ ਨੂੰ ਵਰਲਡਵਾਈਡ ਸਾਰੇ ਕਿਤੇ ਰਿਲੀਜ਼ ਹੋ ਰਹੀ ਹੈ ਜੀ। ਰੱਬ ਦਾ ਰੇਡੀਓ ਪਹਿਲਾਂ ਵਾਲੀ ਜਿਵੇਂ ਤੁਸੀਂ ਕਿਹਾ, ਮੈਨੂੰ ਲੱਗਦਾ ਵੀ ਜਿੰਨੇ ਪੰਜਾਬੀ ਸਿਨੇਮੇ ਨਾਲ ਜੁੜੇ ਹੋਏ ਨੇ, ਪੰਜਾਬੀ ਸਿਨੇਮਾ ਦੇਖਣ ਵਾਲੇ ਨੇ, ਆਪਾਂ ਸਾਰਿਆਂ ਨੇ ਉਹ ਫਿਲਮ ਦੇਖੀ ਆ, ਅਤੇ ਸਾਰਿਆਂ ਨੂੰ ਇਹ ਲੱਗਦਾ ਵੀ ਸਾਡੇ ਘਰਾਂ ਦੀ ਕਹਾਣੀ ਆ ਅਤੇ ਕਸਲੀਅਤ ਦੇ ਨੇੜੇ ਦੀ ਕਹਾਣੀ ਆ। ਅਤੇ ਸੈਕਿੰਡ ਪਾਰਟ ਵੀ ਮੈਂ ਆਪਣੇ ਵੱਲੋਂ ਇਹ ਦੱਸਣਾ ਚਾਹੂੰਗਾ, ਇਹ ਪਹਿਲੀ ਪੰਜਾਬੀ ਫਿਲਮ ਆ ਜਿਹਦਾ ਦੂਜਾ ਭਾਗ ਚੰਗੀ ਤਰ੍ਹਾਂ ਦੂਜਾ ਭਾਗ ਬਣਿਆ ਮੈਂ ਕਹਿ ਸਕਦਾ। ਅੱਛਾ ਜੀ, ਜਿੱਥੇ ਪਹਿਲੀ ਰੱਬ ਦਾ ਰੇਡੀਓ ਖਤਮ ਹੋਈ ਸੀ ਤੇ ਉੱਥੋਂ ਹੀ ਸ਼ੁਰੂ ਹੋ ਗਈ। ਬਿਲਕੁਲ, ਜਿਵੇਂ ਆਪਾਂ ਦੇਖਦੇ ਹਾਂ ਹਾਲੀਵੁੱਡ 'ਚ ਵੀ ਕਈ ਮੂਵੀਜ਼ ਆਈਆਂ ਜਿਹਨਾਂ ਸੀਕੁਅਲ ਹੁੰਦੇ, ਜਿਹਨਾਂ ਪ੍ਰੋਪਰ ਬਣਦਾ। ਕਈ ਵਾਰ ਇਹ ਹੁੰਦਾ ਵੀ ਆਪਾਂ ਸੀਕੁਅਲ ਤਾਂ ਬਣਾਉਂਦੇ ਹਾਂ ਪਰ ਨਾਮ ਕੈਸ਼ ਕਰਨ ਲਈ ਸਾਰੇ ਕਿਰਦਾਰ ਹੋਰ ਹੁੰਦੇ ਆ, ਉਹਦਾ ਫੀਲ ਹੋਰ ਹੁੰਦਾ। ਰੱਬ ਦੇ ਰੇਡੀਓ 2 ਦਾ ਜਿਹੜਾ ਫੀਲ ਆ ਉਹੀ ਰੱਬ ਦੇ ਰੇਡੀਓ ਦਾ ਫੀਲ ਆ, ਉਹੀ ਕਿਰਦਾਰ ਨੇ ਜੀ, ਉਹਨਾਂ ਦੀ ਜ਼ਿੰਦਗੀ ਅੱਗੇ ਕਿਵੇਂ ਵੱਧਦੀ ਆ, ਉਹਦੇ ਵਿੱਚ ਕੀ ਟਰਨਸ ਐਂਡ ਟਵਿਸਟ ਆਉਂਦੇ ਨੇ ਉਹ ਸਾਰਾ ਦੇਖ ਕੇ ਪਤਾ ਲੱਗੂ। ਮੈਂ ਕਹੂੰਗਾ ਵੀ ਇੱਕ ਬੁੱਕ ਆ ਇਹ, ਤੁਸੀਂ ਬੁੱਕ ਦਾ ਇੱਕ ਹਿੱਸਾ ਪੜ੍ਹ ਲਿਆ, ਉਹ ਜਿੱਥੇ ਉਹ ਛੱਡੀ ਸੀ ਤੁਸੀਂ, ਹੁਣ ਉਹ ਤੋਂ ਅਗਲਾ ਹਿੱਸਾ ਆਇਆ, ਹੁਣ ਤੁਸੀਂ ਉਹਨੂੰ ਜੇ ਮਿਸ ਕਰੋਗੇ ਤਾਂ ਓਬਵੀਅਸਲੀ ਆਪਾਂ ਨੂੰ ਹੁੰਦਾ ਕਿਉਰਿਓਸਿਟੀ ਹੁੰਦੀ ਵੀ ਤੋਂ ਅੱਗੇ ਕੀ ਹੋਊਗਾ, ਤਾਂ ਉਹ ਇੰਨਾ ਸੋਹਣਾ ਹਿੱਸਾ ਹੀ ਨਹੀਂ ਪੈਦਾ ਹੁੰਦਾ ਮਿਸ ਕਰਨ ਦਾ। ਮੈਂ ਭਾਵੇਂ ਇਹਨਾਂ ਕੋਲ ਧਾਰੇ ਪੈਸੇ ਪੜ ਕੇ ਨਾ ਜਾਵਾਂ ਦੇਖਣ, ਮੇਰਾ ਤਾਂ ਮਨ ਹੀ ਬਹੁਤ, ਮੈਂ ਤਾਂ ਪਹਿਲੀ ਬਹੁਤ ਬੜੇ ਚਾਅ ਨਾਲ ਦੇਖਣ। ਅੱਛਾ ਮੈਂ ਵੈਸੇ ਤੁਹਾਨੂੰ ਦੱਸ ਦਵਾਂ, ਮੈਂ ਸਵੇਰੇ ਤੁਹਾਡਾ ਬਾਤ ਆ ਭਾਜੀ, ਕਿਆ ਬਾਤ ਆ, ਮਤਲਬ ਵਿੱਦਿਆ ਪੜ੍ਹਾਈ ਦੀ ਸੋ, ਮੈਨੂੰ ਟ੍ਰੇਲਰ ਬੜਾ ਪਸੰਦ ਆਇਆ, ਔਰ ਮੈਨੂੰ ਨਹੀਂ, ਮੇਰੇ ਖਿਆਲ ਦੇ ਵਿੱਚ ਸਾਰਿਆਂ ਨੂੰ ਪਸੰਦ ਆਇਆ ਹੈਗਾ, ਔਰ ਤੁਹਾਨੂੰ ਮੇਰੇ ਨਾਲ ਵਾਅਦਾ ਕਰਨਾ ਪੈਣਾ ਜੀ ਕਿ ਤੁਸੀਂ ਰੱਬ ਦਾ ਰੇਡੀਓ 2 ਜ਼ਰੂਰ ਦੇਖ ਕੇ ਆਉਣੀ ਹੈ। ਬਟ ਫਿਲਹਾਲ ਭਾਜੀ ਆਈ ਐਮ ਸੋਰੀ, ਇੱਕ ਛੋਟਾ ਜਿਹਾ ਬ੍ਰੇਕ ਦਾ ਟਾਈਮ ਹੋ ਗਿਆ, ਤੇ ਹੈਂਡ ਬ੍ਰੇਕ ਦੇ ਮੂੰਹ ਵਾਲੀ ਲੈਂਜ ਬ੍ਰੇਕ ਤੇ ਮੈਂ ਆਪ ਲੈ ਲਵਾਂ। ਸਰ ਲੈ ਲੈਣੀ ਮੈਂ ਬਾਈ ਵਰਸ਼ੀ ਕਰਨ ਕੀ ਸੀ, ਬਾਈ ਵਰਸ਼ੀ ਕਰਨ ਕੀ, ਜਦੋਂ ਖੱਟਣ ਕੀਤੇ ਹੋ ਗਈ ਮਿਸਟੇਕ, ਹੁਣ ਆਪਾਂ ਲੈਨੇ ਆ ਛੋਟੀ ਜਿਹੀ ਬ੍ਰੇਕ, ਹੁਣ ਆਪਾਂ ਲੈਨੇ ਆ ਛੋਟੀ ਜਿਹੀ ਬ੍ਰੇਕ। ਵੈਲਕਮ ਬੈਕ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਜੀ ਜਨਾਬ ਦੇ ਵਿੱਚ। ਤੇ ਅੱਜ ਬੜਾ ਭਾਗਾਂ ਵਾਲਾ ਦਿਨ ਹੈ, ਬਹੁਤ ਹੀ ਕਮਾਲ ਦਾ ਦਿਨ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ, ਸਾਡੇ ਥਾਣੇ ਦੇ ਵਿੱਚ
ਸਾਡੇ ਕੋਲ ਤਰਸੇਮ ਭਾਜੀ ਆਏ ਨੇ ਔਰ ਜਿਨ੍ਹਾਂ ਨੂੰ ਮੇਰੇ ਖਿਆਲ ਦੇ ਵਿੱਚ ਸਾਰੇ ਜਾਣਦੇ ਨੇ, ਕਿਸੇ ਨੂੰ ਜਿਨ੍ਹਾਂ ਨੇ ਪਹਿਲਾਂ ਗਾਇਕੀ ਦੇ ਨਾਲ ਦਿਲਾਂ 'ਤੇ ਰਾਜ ਕੀਤਾ, ਫਿਰ ਗਾਣੇ ਲਿਖਦੇ ਆਪਣੀ ਸ਼ਬਦਾਵਲੀ ਦੇ ਨਾਲ ਆਪਣੇ ਲਿਖੇ ਹੋਏ ਗੀਤਾਂ ਦੇ ਨਾਲ ਦਿਲਾਂ 'ਤੇ ਰਾਜ ਕੀਤਾ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਅਚਾਨਕ ਜਿਹਾ ਲੱਗਿਆ ਹੋਣਾ ਕਿ ਯਾਰ ਨਹੀਂ ਐਕਟਿੰਗ ਵੀ ਕਰ ਸਕਦਾ, ਫਿਰ ਐਕਟਿੰਗ ਕੀਤੀ, ਫਿਰ ਉਹ 'ਚ ਛਾ ਗਏ, ਫਿਰ ਉਹਦੇ ਨਾਲ ਦਿਲਾਂ 'ਤੇ ਰਾਜ ਕੀਤਾ ਵੀ ਭਾਜੀ ਇੰਨਾ ਟੈਲੈਂਟ ਕਿਉਂ, ਮਤਲਬ ਕਿੱਥੋਂ ਕਿਸ ਤਰ੍ਹਾਂ, ਮਤਲਬ ਵਾਏ ਪਰਮਾਤਮਾ ਦਾ ਸ਼ੁਕਰ ਕਰਦਾ ਜੀ ਮੈਂ ਵੀ ਉਹਨੇ ਜਿਹੜਾ ਕੰਮ ਹੁਣ ਤੱਕ ਕਰਵਾਇਆ, ਜਿੰਨਾ ਕੁ ਉਹਨੇ ਕਰਵਾਇਆ ਆਪਣੀ ਕਿਰਪਾ ਨਾਲ ਕਰਵਾਇਆ ਅਤੇ ਉਹਨੂੰ ਪੂਰਨ ਕੀਤਾ। ਮੈਨੂੰ ਇਹ ਆ ਵੀ ਅਸੀਂ ਚੰਗੇ ਨੰਬਰਾਂ 'ਤੇ ਪਾਸ ਹੋਏ ਹਾਂ, ਵੀ ਇਹੀ ਬਹੁਤ ਵੱਡੀ ਗੱਲ ਹੁੰਦੀ ਆ ਅਤੇ ਇਹ ਮਹਾਰਾਜ ਦਾ ਸ਼ੁਕਰ ਆ। ਅੱਛੀ ਗੱਲ ਇਹ ਆ ਭਾਜੀ ਕਿ ਤੁਹਾਡੀ ਜਿਹੜੀ ਮਿਹਨਤ ਹੈ ਨਾ ਉਹ ਸਕਰੀਨ 'ਤੇ ਦਿਖਦੀ ਆ। ਅੱਛਾ ਭਾਈ ਤੁਸੀਂ ਇੰਨੇ ਗਾਣੇ ਵੀ ਬਹੁਤ ਲਿਖੇ ਹੈ ਨਾ, ਹਾਂਜੀ ਉਸ ਬਹੁਤ ਸਾਰੇ ਹਿੱਟ ਵੀ ਰਹੇ, ਅੱਜ ਕੱਲ੍ਹ ਕਦੀ ਸੁਣ ਕੇ ਨਹੀਂ ਦਿਲ ਕਰਦਾ ਯਾਰ ਉਹ ਵਾਪਸ ਲੈ ਕੇ ਮੈਂ ਹੀ ਗਾ ਲੈਂਦਾ। ਨਹੀਂ ਅਸਲ 'ਚ ਸੋਚਿਆ ਹੀ ਕੁਲਵੀਰ ਵਾਸਤੇ ਹੀ ਸੋਚੇ ਸੀ, ਕੁਲਵੀਰ ਦਾ ਮੰਨ ਲਓ ਕੁਲਵੀਰ ਦਾ ਗਾਉਣ ਦਾ ਸ਼ੌਂਕ ਸੀਗਾ, ਕੁਲਵੀਰ ਦੀ ਟੇਪ ਹੀ ਸਾਡਾ ਪਹਿਲਾ ਟਾਰਗੇਟ ਸੀਗਾ। ਸਭ ਤੋਂ ਪਹਿਲਾਂ ਸਾਡਾ ਟਾਰਗੇਟ ਇਹ ਸੀ, ਮੇਰਾ ਫੋਕਸ ਹੀ ਕੁਲਵੀਰ 'ਤੇ ਸੀਗਾ ਕਿਉਂਕਿ ਉਹ ਜੋ ਚਾਹੁੰਦਾ ਸੀ ਸਾਡੀ ਸਾਰੀ ਟੀਮ ਨੇ ਉਹਨੂੰ, ਉਹੀ ਟੀਮ ਸਾਡੀ ਸਾਰੀ ਇਕੱਠੀ ਸੀਗੀ ਅਤੇ ਅਸੀਂ ਸਾਰੇ ਪੁਸ਼ ਕਰ ਰਹੇ ਸੀ ਵੀ ਉਹ ਜੋ ਚਾਹੁੰਦਾ ਉਹ ਪਹਿਲਾਂ ਅਚੀਵ ਕਰੇ, ਬਾਕੀ ਉਹ ਤੋਂ ਬਾਅਦ ਜੋ ਫਿਰ ਅਸੀਂ ਆਪਣਾ ਮਤਲਬ ਤੁਸੀਂ ਇੱਕ ਗਰੁੱਪ ਲੈ ਕੇ ਚੱਲੇ ਕਿ ਹਾਂ ਵੀ ਯਾਰ ਯਾਰਾਂ ਦੋਸਤਾਂ ਦੇ ਨਾਲ ਪਹਿਲੇ ਇੱਦਾਂ ਇੱਦਾਂ ਇੱਦਾਂ। ਬਿਲਕੁਲ ਬਿਲਕੁਲ, ਕੀ ਬਾਤ ਆ ਭਾਈ। ਇੱਕ ਭਾਈ ਥੋੜ੍ਹਾ ਪਰਸਨਲ ਕੁਐਸਚਨ, ਫਿਲਮ 'ਚ ਭਾਈ ਦੋ ਖੂਬਸੂਰਤ ਹੀਰੋਇਨਸ ਵੀ ਹੈਗੀਆਂ, ਹਾਂਜੀ ਆਈਆਂ ਨੇ ਭਾਈ, ਮਤਲਬ ਥੋੜ੍ਹਾ ਜਿਹਾ ਜੇ ਕਿਤੇ ਨਹੀਂ ਤੁਹਾਨੂੰ ਪਤਾ ਹੀ ਆ ਫਿਰ ਥਾਣੇ 'ਚ ਕੁੜੀਆਂ ਤਾਂ ਘੱਟੇ ਆਉਂਦੀਆਂ ਨੇ, ਮਤਲਬ ਫੋਨ ਕਰਾਉਂਦਾ ਉਹ ਯਾਰ ਇੱਥੇ SHO ਕਿਹੜਾ ਲੱਗਿਆ ਹੋਇਆ ਮਾੜਾ ਜਿਹਾ ਪਤਾ ਕਰੀ, ਫੋਨ ਆਇਆ ਸੀ ਕਹਿੰਦਾ ਚਾਹ ਪਲਾਉਣੀ ਆ, ਉਹ ਚਾਹੇ ਸੁੱਖੀ ਸਾਂਦੀ ਹੋ ਕਹਿੰਦਾ ਹੋਏ ਬੰਦਾ ਕਹਿੰਦਾ ਯਾਰ ਪਤਾ ਕਰ ਲਓ ਵੀ ਕੀ ਚੱਕਰ ਕੀ ਆ, ਬੁਲਾ ਕਿਉਂ ਰਿਹਾ, ਤੁਸੀਂ ਕੁੜੀਆਂ ਕਿੱਥੇ ਭਾਲਦੇ ਹੋ, ਇੱਥੇ ਫਰਕ ਆ ਸੋਚਣ ਦਾ ਕਿ ਸਾਨੂੰ ਇਹ ਨਹੀਂ ਸੀ ਨਾ ਪਤਾ ਵੀ ਇੱਥੇ ਲਵ ਯੂ ਜੀ ਹੈਗੇ ਨੇ, ਫਿਰ ਤਾਂ ਅਸੀਂ ਚਲੋ ਨਾਲ ਕੁੜੀਆਂ ਵੀ ਆ ਜਾਂਦੀਆਂ। ਤੁਹਾਡਾ ਕੋਈ ਫਰੈਂਡ ਹੈਗਾ ਮਤਲਬ ਜਾਂ ਫਿਰ ਬ੍ਰਦਰ ਕੋਈ ਮਤਲਬ ਜਿਹੜੇ ਕੁਆਰ ਫਰੈਂਡ ਹੈਗਾ, ਫਰੈਂਡ ਹੋਣਗੇ ਇੰਨਾ ਸੋਹਣਾ ਸਮਾਰਟ ਮੁੰਡਾ ਹੈਂਡਸਮ ਗੱਭਰੂ ਜਵਾਨ ਉਹਦੇ ਫਰੈਂਡ ਨਾ ਹੋਣਗੇ, ਜਾਂ ਫਿਰ ਤੁਹਾਡਾ ਕੋਈ ਫਰੈਂਡ ਬਹੁਤ ਨੇ ਜੀ ਪਰ ਉਹ ਵਿਚਾਰੇ ਡਰਦੇ ਨੇ, ਕੋਈ ਨਹੀਂ ਸਰ ਮੈਂ ਡਰ ਕਰ ਦੂੰਗੀ, ਤਾਂ ਹੀ ਤਾਂ ਡਰਦੇ ਨੇ, ਆਪੇ ਨਹੀਂ ਤਾਂ ਜਾਣਾ ਜਦੋਂ ਤਾਂ ਹੀ ਤਾਂ ਡਰਦੇ ਨੇ, ਮੇਕਅਪ ਤੋਂ ਦੇਖ ਲੈਣਾ ਤੇਰਾ, ਹਾਏ ਤਾਂ ਛੱਡੋ ਮੈਂ ਬੋਲੀ ਹੋਰ ਪਾਉਣਾ ਸਰ, ਕਿਸੇ ਪੁਰਾਣੇ ਬਜ਼ੁਰਗ ਦੇ ਗੋਡੇ ਦਾ ਬੂਹ ਆਇਆ ਦਾ ਮਿਲਾ, ਤੁਹਾਨੂੰ ਬੋਲੀਆਂ ਦਾ ਜ਼ੋਰ ਪੈਂਦਾ, ਹਾਂਜੀ ਜ਼ੋਰ ਪੈਂਦਾ ਇਹਨਾਂ ਨੂੰ, ਹਾਂਜੀ 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 ਜ਼ਿਆਦਾ ਇਹਨੂੰ ਬੋਲੀਆਂ ਬਹੁਤ ਆਉਂਦੀਆਂ ਇਹਨਾਂ ਨੂੰ ਜ਼ੋਰ ਪੈਂਦਾ। ਸੁਣਾਓ ਜੀ ਸੁਣਾਓ, ਬਾਰੀ ਬਾਰੀ ਕਰਨ ਗਈ ਸੀ, ਬਾਰੀ ਬਾਰੀ ਕਰਨ ਗਈ ਸੀ ਜਦੋਂ ਖੱਟਣ ਗਈ ਨਾ ਸਰ, ਮੈਂ ਖੱਟਣ ਗਈ ਸੀ ਉਦੋਂ ਖੇਡਣ ਲੱਗ ਪਈ ਮੈਂ ਬੈਡਮਿੰਟਨ, ਸਾਡਾ ਨਾ ਸਰ ਮੈਚ ਸੀਗਾ, ਲੰਬੀ ਗੱਲ ਆ ਇਹ ਰਕਸ਼ਾ ਕਰਾ ਰਹੇ ਨੇ, ਇਹ ਬੋਲੀ ਹੁੰਦੀ ਆ ਕਿ ਗੱਲਾਂ ਹੁੰਦੀਆਂ ਨੇ ਸਰ, ਦਿਸ ਇਜ਼ ਸਟਾਈਲ ਮਾਈ ਭਾਈ, ਇਹਨਾਂ ਨੂੰ ਥੋੜੀ ਲੰਬੀ ਬੋਲੀ ਹੁੰਦੀ ਆ ਤੇ ਕਈ ਵਾਰੀ ਸਾਨੂੰ ਆਟੋ ਰਕਸ਼ਾ ਕਰਾਣਾ ਪੈਂਦਾ, ਬਸ ਕਿਰਨੀ ਬੜੀ ਜਿਹੜੀ ਖੜੀ ਨੇ ਬੈਡਮਿੰਟਨ ਤੇ ਨਾ ਬਸ ਖੇਡਣ ਲੱਗ ਗਏ, ਚੱਲ 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 ਬਾਰੀ ਬਾਰੀ ਕਰਨ ਗਈ ਸੀ, ਬਾਰੀ ਬਾਰੀ ਕਰਨ ਗਈ ਸੀ ਜਦੋਂ ਖੱਟਣ ਗਏ ਮੰਮੀ ਨੂੰ ਫੋਨ ਕੀਤਾ ਤੇ ਸਰ ਮੈਂ ਨਾ ਮੰਮੀ ਨੂੰ ਫੋਨ ਕੀਤਾ ਤੇ ਮੰਮੀ ਕਹਿੰਦੀ ਕਿ ਵਧੀਆ ਤਰੀਕੇ ਨਾਲ ਖੇਡੀਓ ਤਾਂ ਸਾਰੇ ਨੇ ਦੇਖਣ ਜਾਓ ਫਿਲਮ, ਹੋਰ ਦਿਲ ਮੇਰਾ ਰੱਬ ਦਾ ਰੇਡੀਓ, ਗੱਲ ਕੱਟਣ ਨੂੰ ਭਾਈ ਮੇਰਾ ਰੱਬ ਦਾ ਰੇਡੀਓ, ਤੁਸੀਂ ਬੋਲੀ ਨੂੰ ਐਸੇ ਹੀ ਕਹਿ ਦਿਆ ਕਰੋ, ਕਹਿ ਵੀ ਨਿੱਕਾ ਜਿਹਾ ਐਸੇ ਸੁਣਾਵਾਂ, ਹਾਂ ਸਰ ਮੈਂ ਨਿੱਕਾ ਜਿਹਾ ਐਸੇ ਸੁਣਾ, ਬਸ ਕਾ ਤਰਜ ਚ ਆਊਗਾ, ਇਹ ਕਹਿ ਦਿਆ ਕਰੋ, ਕੈਸੇ ਦੱਸੋ ਪਹਿਲੇ ਐਸੇ ਕੈਸੇ ਕੈਸੇ ਮਤਲਬ ਸਰ, ਐਸੇ ਹੀ ਉਹੀ ਮੇਰਾ ਰੱਬ ਦਾ ਰੇਡੀਓ, ਇਹ ਚਾਚੇ ਦੀ ਆਵਾਜ਼ ਆ, ਬੱਲੇ 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 ਉਹ ਚਾ ਉਹ ਮੇਰਾ ਪਤਾ ਬੱਲੇ ਬੱਲੇ ਬੱਸੋ ਬੱਸੋ ਬੱਸ 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 ਅਰੇ ਬੈਠੋ ਤਰਸੇ ਜੀ ਤਰਸੇ ਜੀ ਤੁਸੀਂ ਬੈਠੋ, ਉਹ ਚਾਚਾ ਜੀ ਨੇ ਮੇਰੇ ਉਹਨੂੰ ਛੇੜਨਾ ਬਈ, ਉਹਨੂੰ ਛੇੜਨਾ ਛੇੜਨਾ ਮੈਂ ਡਿਗ ਡੁੱਬ ਜਾਊਗਾ, ਗੌਰ ਨੂੰ ਦੇਖੋ ਜੇ ਏਦਾਂ ਲੱਗਦਾ ਕੋਈ ਲੋਕਾਂ ਨੇ ਡਰਾਮ ਤੇ ਅਣਕਾ ਰੱਖ ਗਿਆ, ਜਿਸ ਹਿਸਾਬ ਨਾਲ ਖੜਾ ਤੇ ਨਾੜ ਨੂੜ ਚੜ ਜਾਣੀ ਹੈ, ਥੋੜਾ ਈਜ਼ੀ ਹੋ, ਉਹ ਐਡੇ ਵੱਡੇ ਸੈਲੀਬ੍ਰਿਟੀ ਦਾ ਬਾਉਂਸਰ ਲੱਗ ਗਿਆ, ਐਲਕੇਜੀ ਦੇ ਨਿਆਣਿਆਂ ਦੀ ਬਰਥਡੇ ਪਾਰਟੀ ਭੁਗਤਾ ਕੀ ਹੋ ਗਿਆ ਤੈਨੂੰ, ਜਦੋਂ ਅਸੀਂ ਆ ਰਹੇ ਸੀ ਨਾ ਪਿੱਛੇ ਰਸਤੇ 'ਚ ਕੋਈ ਨਹੀਂ ਸੀ ਨੇੜੇ ਤੇੜੇ ਫੋਟੋ ਵਾਲਾ, ਤਾਂ ਵੀ ਕਹਿੰਦੇ ਪਰੇ ਹੋ ਜਾਓ ਪਰੇ ਹੋ ਜਾਓ ਪਰੇ ਹੋ ਜਾਓ, ਐਂ ਲੱਗਿਆ ਹੋਇਆ ਸੀ। ਅੱਛਾ ਹਾਂ, ਐਡੀਆਂ ਲੰਬੀਆਂ ਲੰਬੀਆਂ ਬਾਹਾਂ ਨੇ ਇਹਦੀਆਂ, ਅੱਧਾ ਅੱਧਾ ਕਿਲੋਮੀਟਰ ਤੱਕ ਲੋਕਾਂ ਨੂੰ ਪਰੇ ਕਰਦਾ ਹੀ ਹੈ, ਵਾਹ ਵਾਹ ਵਾਹ, ਇਹਦੀਆਂ ਬਾਹਾਂ ਲੰਬੀਆਂ ਨੂੰ ਕਾਨੂੰਨ 'ਚ ਨਾ ਕਰਾ ਦਈਏ, ਉਹ ਵਿੱਚ ਕਾਨੂੰਨ ਦੇ ਹੱਥ ਲੰਬੇ ਹੁੰਦੇ, ਵੱਡਾ ਟੋਆ ਗਿਆ ਉੱਥੇ ਗੋਦੀ ਚੱਕ ਕੇ ਕਰਨਾ ਪਿਆ, ਮੈਂ ਕਹਿੰਦਾ ਮੈਂ ਇਹਨੂੰ ਇੱਕ ਦਿਨ ਕੰਧ ਤੇ ਬਿਠਾ ਦਿੱਤਾ, ਸਵੇਰੇ ਸ਼ਾਮ ਤੱਕ ਉਤਰਿਆ ਨਹੀਂ ਗਿਆ, ਉੱਚੀ ਸੀ ਕੰਧ ਥੋੜੀ ਜਿਹੀ, ਇਹ ਮਤਲਬ ਬੱਚਾ ਇਹੋ ਜਿਹਾ ਨਾ ਪਰ ਟੈਲੈਂਟਡ, ਨਹੀਂ ਬੱਚਾ ਨਹੀਂ, ਥੋੜੀ ਜਿਹੀ ਰਿਸਪੈਕਟ ਕਰੋ ਸਾਹਿਬ ਜੀ, ਗੋਡੇ ਫੜ ਫੜ ਕੇ ਕਹਿੰਦਾ ਹੋਣਾ ਭਾਈ ਪਿੱਛੇ ਭਾਈ ਪਿੱਛੇ ਗੋਡੇ ਫੜ ਫੜ, ਔਰ ਉੱਥੇ ਇਹ ਨੀ ਕਿ ਪਛਾਤੀ ਲਾ ਕੇ ਬੌਂਸਰ ਹੁੰਦਾ ਨਾ ਪਿੱਛੇ ਪਿੱਛੇ,
ਬੋਲੀਆਂ ਸੁਣਾਉਣ ਲੱਗ ਗਏ ਇਧਰ ਦੇਖੀ ਜਰਾ ਹੁਣ ਤੈਨੂੰ ਜਲਵਾਏ ਜੁੰਬਿਸ਼ ਦਿਖਾਨਾ ਜਲਵਾਏ ਜੁੰਬਿਸ਼ ਇੱਕ ਐਸਾ ਗੀਤ ਹੋ ਜਾਵੇ ਆਵਾਜ਼ ਦੇ ਤੁਹਾਡੇ ਕੌਣ ਨੀ ਦੀਵਾਨਾ ਤੇ ਇੱਕ ਗੀਤ ਹੋ ਜਾਵੇ ਜਰਾ ਇਹਨਾਂ ਨੂੰ ਵੀ ਪਤਾ ਲੱਗੇ ਕਿ ਸਿੰਗਿੰਗ ਹੁੰਦੀ ਕੀ ਹੈ ਚਾਚਾ ਤੂੰ 2 ਮਿੰਟ ਇਗਨੋਰ ਹੋ ਆਓ ਜੀ ਚਾਚਾ ਕੋਈ ਗੱਲ ਨਹੀਂ ਮੈਂ ਮੈਨੂੰ ਪਤਾ ਤੇਰੇ ਨਾਲ ਵੀ ਕਰਨਾ ਗੱਲ ਦੇਖ ਲਓ ਆ ਜਾਣਾ ਬੰਸਰ ਲੱਗ ਗਿਆ ਹਾਂ ਤੇ ਮੈਨੂੰ ਤੁਸੀਂ ਕੁਛ ਨਹੀਂ ਲਵਾਇਆ ਮੈਂ ਚਾਚਾ ਤੈਨੂੰ ਲਾਣਾ ਕੰਧ ਨਾ ਰੁਕ ਜਾ ਮੈਂ ਤਾਂ ਬਹੁਤ ਸੁਣਿਆ ਵੀ ਚਾਚੇ ਨੇ ਭਤੀਜਾ ਕੁਛ ਲਵਾਤਾ ਇਹ ਕਦੇ ਨਹੀਂ ਸੁਣਿਆ ਵੀ ਭਤੀਜੇ ਨੇ ਚਾਚਾ ਕੁਛ ਲਵਾਇਆ ਮੈਂ ਚਾਚੇ ਨੂੰ 2-3 ਵਾਰੀ ਲਾਇਆ ਅੱਛਾ ਹਾਂ 2-3 ਵਾਰੀ ਅੰਦਰ ਵੀ ਲਾਇਆ ਮੈਨੂੰ ਮੇਰੀ ਪ੍ਰਮੋਸ਼ਨ ਨਹੀਂ ਹੁੰਦੀ ਫਿਰ ਮੈਨੂੰ ਇਹਨਾਂ ਤੇ ਭੁੱਕੀ ਦੀ ਬੋਰੀ ਪਾਣੀ ਪਈ ਤਾਂ ਪ੍ਰਮੋਸ਼ਨ ਹੋਈ ਮੇਰੀ ਅੰਦਰ ਦੀ ਗੱਲ ਜੇ ਪਰਿਵਾਰਕ ਪਰਿਵਾਰ ਦਾ ਇਹੀ ਫਾਇਦਾ ਬਸ ਸਾਂਝੇ ਪਰਿਵਾਰ ਦੇ ਕਿੱਥੇ ਕੰਮ ਆਉਂਦੇ ਦੱਸਣ ਬੇਟਾ ਆਪਣੇ ਉਹ ਤੁਹਾਡੀ ਉਹ ਫਿਲਮ ਆਈ ਸੀ ਨਾ ਅਫਸਰ ਹਾਂ ਤੇ ਉਹ ਅਫਸਰ ਜਦੋਂ ਮੈਂ ਫਿਲਮ ਵੇਖੀ ਨਾ ਮੈਂ ਤੇਰੀ ਚਾਚੀ ਨੂੰ ਆਖਿਆ ਵੀ ਮੈਂ ਕੁਛ ਨਾ ਕੁਛ ਲੱਗਣਾ ਉਹਨੇ ਮੈਨੂੰ ਚੱਕ ਕੇ ਖੂੰਜੇ ਲਾਤਾ ਬਹੁਤ ਚਾਚਾ ਫਿਰ ਸੈੱਟ ਨਹੀਂ ਹੋਗਾ ਕੰਮ ਵਧੀਆ ਨਹੀਂ ਹੋਗਾ ਕਿਤੇ ਉਹ ਚਾਚਾ ਰੱਬ ਦਾ ਵਾਸਤਾ ਓਏ ਹਾਂਜੀ ਸਰ ਰੱਬ ਦਾ ਰੇਡੀਓ ਫਿਲਮ ਆਉਣ ਵਾਲੀ ਹੈ ਤੇ ਤੁਹਾਨੂੰ ਰੱਬ ਦਾ ਹੀ ਵਾਸਤਾ ਉਸੇ ਰੱਬ ਦਾ ਜਿਹਦਾ ਰੇਡੀਓ ਹੈ ਆਪਣਾ ਕੰਮ ਕਰੀਏ ਛੋਟਾ ਜਿਹਾ ਵਿਆਹ ਕਰਨ ਇਹ ਪੁੱਤਰ ਛੋਟਾ ਜਿਹਾ ਵਿਆਹ ਕਰਨਾ ਕਿ ਕੋਈ ਛੋਟੀ ਜਿਹੀ ਪਾਰਟੀ ਰੱਖੀ ਵਿਆਹ ਕਰਨਾ ਗੌਰ ਨਾਲ ਆਪਣੀ ਸ਼ਕਲ ਦੇਖ ਤੇਰਾ ਮੂੰਹ ਹੈ ਵਿਆਹ ਕਰਾਉਣ ਵਾਲਾ ਨਹੀਂ ਨਹੀਂ ਤਾਂ ਸਮਾਂ ਦੋ ਕੋ ਕਾਲਾ ਜਾਦੂ ਕਰ ਕੋ ਟੂਣੇ ਟਾਣੇ ਕਰਿਆ ਕਰ ਤੂੰ ਵਿਆਹ ਕਰਾਉਣ ਲੱਗ ਗਈ ਨਹੀਂ ਦੇਖੋ ਤੁਸੀਂ ਫੇਸ਼ੀਅਲ ਕਰਾ ਇਹਨੂੰ ਪੂਰਾ ਕਿੰਨਾ ਵਧੀਆ ਕੀਤਾ ਭਾਜੀ ਫਿਰ ਤੁਸੀਂ ਇਹਨੂੰ ਮੂੰਹ ਧੋਤਿਆ ਹੈ ਨਹੀਂ ਦੇਖਿਆ ਜਨੋਦ ਕਾਂਬਲੀ ਤੇ ਗੋਡੇ ਵਰਗਾ ਮੂੰਹ ਨਹੀਂ ਬਣਾਉਂਦਾ ਸੋਹਣੀ ਉਹਦੇ ਵੀ ਗੋਡੇ ਵਰਗਾ ਹਾਂ ਹੋਰ ਦੇਖੋ ਹਾਲਾਂਕਿ ਕਾਂਬਲੀ ਆਪ ਨਹੀਂ ਸੋਹਣਾ ਤੇ ਕਿਤੇ ਇਹਨੂੰ ਨਾ ਦੇਖ ਲਿਓ ਇਹਨੂੰ ਨਾ ਦੇਖ ਲਿਓ ਭਾਜੀ ਇਹਦਾ ਮਲਿੰਗਾ ਦੇ ਗੋਡੇ ਵਰਗਾ ਨਿਕਲ ਆਉਂਦਾ ਜੀ ਚਾਚਾ ਤੂੰ ਐਵੇਂ ਹੱਸ ਕੇ ਵਿੱਚ ਇਨਵੋਲਵਮੈਂਟ ਪਾਉਣ ਡਿਆ ਨਾ ਮੈਨੂੰ ਗਾਣਾ ਨਹੀਂ ਸੁਣਨ ਦਿੰਦਾ ਭਾਜੀ ਸੁਣਾ ਦਿਓ ਇਸ ਤੋਂ ਪਹਿਲਾਂ ਇਹਨਾਂ ਨੇ ਚੋਪਣੀ ਜੇ ਕਰਨਾ ਇੱਕ ਗੀਤ ਆ ਜੀ ਹਜੇ ਉਹ ਫਿਲਮ ਦੇ ਵਿੱਚ ਆਊਗਾ ਵੈਸੇ ਮਿਊਜ਼ੀਕਲੀ ਰਿਲੀਜ਼ ਨਹੀਂ ਕੀਤਾ ਉਹ ਪਹਿਲਾਂ ਭਾਈ ਫਿਰ ਮਜ਼ਾਕਪੁਰ ਥਾਣੇ 'ਚ ਰਿਲੀਜ਼ ਹੋ ਰਿਹਾ ਭਾਈ ਅੱਜ ਥਾਣੇ 'ਚ ਰਿਲੀਜ਼ ਕਰਦੇ ਆ ਬਿਲਕੁਲ ਤੇ ਉਹਦੀਆਂ ਮੈਂ 2 ਲਾਈਨਾਂ ਜ਼ਰੂਰ ਸੁਣਾ ਦੇਣਾ ਜੀ ਹੋ 100 ਦਿਨ ਚੋਰ ਦਾ ਤੇ ਇੱਕ ਸਾਧ ਦਾ ਕੋਈ ਚੋਰੀ ਲਈ ਤੇ ਕੋਈ ਭਗਤੀ ਲਈ ਜਾਗਦਾ ਕਿਰਤੀ ਦੇ ਰਹਿੰਦੀ ਆ ਮਸ਼ਾਲ ਜਾਗਦੀ ਆਲਸ ਹੁੰਦਾ ਇੱਕ ਰੋਗ ਲਾਗਦਾ ਕਿਰਤੀ ਦੇ ਰਹਿੰਦੀ ਆ ਮਸ਼ਾਲ ਜਾਗਦੀ ਆਲਸ ਹੁੰਦਾ ਇੱਕ ਰੋਗ ਲਾਗਦਾ ਜੋ ਸਾੜੇ ਹੰਕਾਰ ਨੂੰ ਤੇ ਗੁੱਸਾ ਠਾਰ ਦੇ ਕਿੱਸੇ ਮੇਰੇ ਯਾਰ ਦੇ ਜੀ ਕਿੱਸੇ ਮੇਰੇ ਯਾਰ ਦੇ ਕਿੱਸੇ ਮੇਰੇ ਯਾਰ ਦੇ ਜੀ ਕਿੱਸੇ ਮੇਰੇ ਯਾਰ ਦੇ ਉਹ ਦਿਲ ਨਾਲ ਜੁੜੀ ਉਸ ਰੱਬ ਵਾਲੀ ਤਾਰ ਦੇ ਕਿੱਸੇ ਮੇਰੇ ਯਾਰ ਦੇ ਜੀ ਕਿੱਸੇ ਮੇਰੇ ਯਾਰ ਦੇ ਕਿੱਸੇ ਮੇਰੇ ਯਾਰ ਦੇ ਜੀ ਕਿੱਸੇ ਮੇਰੇ ਯਾਰ ਦੇ ਕਿਆ ਬਾਤ ਹੈ ਭਾਈ ਤੁਹਾਡੀ ਆਵਾਜ਼ ਨਾ ਜਿਹੜੀ ਮੈਂ ਫੀਲ ਕੀਤਾ ਕਿ ਰੂਹ ਨੂੰ ਸਕੂਨ ਦਿੰਦੇ ਇੱਕ ਹੁੰਦਾ ਨਾ ਕੰਨਾਂ ਨੂੰ ਮਿੱਠਾਪਨ ਇੱਕ ਅੱਜ ਕੱਲ੍ਹ ਉਹ ਚੱਕ ਲਓ ਧਰ ਲਓ ਵੀ ਬਹੁਤ ਚੱਲਦਾ ਲੇਕਿਨ ਇੱਕ ਮਿੱਠਾਪਨ ਜਿਹੜਾ ਸਕੂਨ ਦੇਣ ਵਾਲਾ ਮਿਊਜ਼ਿਕ ਹੁੰਦਾ ਨਾ ਮੈਨੂੰ ਲੱਗਦਾ ਕਿ ਰੀਅਲ ਮਿਊਜ਼ਿਕ ਸ਼ਾਇਦ ਉਹੀ ਹੁੰਦਾ ਔਰ ਬੜਾ ਅੱਛਾ ਲੱਗਾ ਅੱਛਾ ਫਿਲਮ ਦੀ ਗੱਲ ਕਰੀਏ ਭਾਈ ਮੈਂ ਕਿਹਾ ਉਹ ਬਾਬਾ ਜੀ ਵੀ ਗਏ ਤੁਹਾਡੇ ਨਾਲ ਇਸ ਫਿਲਮ ਦੇ ਵਿੱਚ ਹਾਂਜੀ ਉਹ ਨਹੀਂ ਆਏ ਉਹਨਾਂ ਦੀ ਬਾਵੇ ਦੀ ਤੇ ਵਾਮਿਕਾ ਗੱਬੀ ਦੀ ਦੋਨਾਂ ਦੀ ਗੈਸਟ ਅਪੀਅਰੈਂਸ ਆ ਜੀ ਅੱਛਾ ਜੀ ਤੇ ਹੁਣ ਤੇ ਗੱਬੀ ਜੀ ਨਹੀਂ ਆਏ ਉਹ ਗੱਬੇ ਜੇ ਬੈਠੇ ਸੀਗੇ ਸਰ ਉਹ ਗੱਬੇ ਜੇ ਬੈਠੇ ਸੀਗੇ ਸਰ ਅੱਛਾ ਜ਼ਿਆਦਾ ਗੱਬੇ ਹੈ ਹਾਂਜੀ ਸਰ ਇਸ ਕਰਕੇ ਉਹ ਜਦਾਂ ਕੋਈ ਬੀਚ ਤੇ ਜਾਵੇ ਤੇ ਪਿੱਛੋ ਬੀਚ ਹੋ ਜਾਂਦਾ ਚਲੋ ਇਹ ਵੀ ਗੱਲ ਠੀਕ ਆ ਹਾਂਜੀ ਵੈਸੇ ਤੁਹਾਨੂੰ ਮੇਰੀ ਆਵਾਜ਼ ਸੁਣ ਕੇ ਲੱਗਾ ਕਿ ਮੈਂ ਵੀ ਗਾਣਾ ਵਾਣਾ ਗਾ ਸਕਦੀ ਸਰ ਸਰ ਐਕਸਕਿਊਜ਼ ਮੀ ਸਰ ਬੋਲੀਆਂ ਦਾ ਅੰਦਾਜ਼ ਤੁਹਾਡਾ ਡਫ ਵਜਾਉਣ ਦਾ ਸਟਾਈਲ ਗਾ ਸਕਦੀ ਹੈ
ਪੁੱਤਰ ਗਾਉਣਾ ਹੀ ਹੈ ਬਸ ਡੱਬਾ ਦੇਖਣਾ ਕਿ ਜਰਨਲ ਤੋਂ ਏਸੀ ਚ ਕਿੱਦਾਂ ਜਾਣਾ ਲੋ ਜੀ ਵੇਲਾ ਹੋ ਗਿਆ ਉਹਨੇ ਛੋਟੀ ਜਿਹੀ ਬ੍ਰੇਕ ਦਾ ਲੈਣੇ ਛੋਟੀ ਬ੍ਰੇਕ ਫਿਰ ਰੱਬ ਦਾ ਰੇਡੀਓ 2 ਦੇ ਸੁਪਰ ਟੈਲੈਂਟਡ ਸਾਡੇ ਜਿਹੜੇ ਹੀਰੋ ਤਰਸੇਮ ਜਸੜ ਭਾਈ ਨਾਲ ਅਸੀਂ ਹੋਰ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਔਰ ਤੁਹਾਡੀ ਵੀ ਗੱਲ ਕਰਾਵਾਂਗੇ ਤੇ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਲੈਣੇ ਛੋਟਾ ਬ੍ਰੇਕ ਇਸ ਪ੍ਰੋਗਰਾਮ ਦੇ ਵਿੱਚ ਦਾ ਨਾਮ ਹੈ ਜੀ ਚਲਾ ਵੈਲਕਮ ਬੈਕ ਜੀ ਕੁਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਜੀ ਜਨਾਬ ਦੇ ਵਿੱਚ ਤੇ ਅੱਜ ਜੀ ਜਨਾਬ ਪ੍ਰੋਗਰਾਮ ਦੇ ਵਿੱਚ ਰੱਬ ਦੇ ਰੇਡੀਓ 2 ਦੇ ਸੁਪਰ ਟੈਲੈਂਟਡ ਤਰਸੇਮ ਜਸੜ ਭਾਜੀ ਆਏ ਹੋਏ ਨੇ ਤੇ ਮੈਂ ਭਾਜੀ ਕੋਈ ਹੋਰ ਸਵਾਲ ਪੁੱਛਣਾ ਚਾਹੁੰਗਾ ਭਾਜੀ ਫਿਲਮ ਦੇ ਸੈੱਟ ਦੇ ਉੱਤੇ ਮਤਲਬ ਇੱਕ ਤਾਂ ਜਿਸ ਤਰ੍ਹਾਂ ਅਸੀਂ ਟ੍ਰੇਲਰ ਦੇਖਿਆ ਫਿਲਮ ਥੋੜ੍ਹੀ ਇਮੋਸ਼ਨਲ ਹੈ ਤੇ ਜਦੋਂ ਸ਼ੂਟ ਹੁੰਦਾ ਸੀਗਾ ਫਿਲਮ ਦੇ ਵਿੱਚ ਕਿ ਸੈੱਟ ਦੇ ਮਾਹੌਲ ਵੀ ਇਮੋਸ਼ਨਲ ਹੁੰਦੇ ਕਿ ਜਾਂ ਸ਼ਾਟ ਦੇਣ ਤੋਂ ਬਾਅਦ ਫਿਰ ਆਸੇ ਉਸੇ ਪੈਣੇ ਸ਼ੁਰੂ ਹੋ ਜਾਂਦੇ ਸੀ ਓਬਵੀਅਸਲੀ ਜਦੋਂ ਕੋਈ ਇਮੋਸ਼ਨਲ ਪਾਰਟ ਹੁੰਦਾ ਜਿਵੇਂ ਸੁਨੀਤਾ ਧੀਰ ਮੈਡਮ ਦਾ ਬਹੁਤ ਸੋਹਣਾ ਇੱਕ ਹੈਗਾ ਪਾਰਟ ਮੂਵੀ ਦੇ ਵਿੱਚ ਸੀਨ ਮੈਂ ਦੱਸ ਨਹੀਂ ਸਕਦਾ ਬਟ ਉਹ ਸੀਨ ਦੇ ਵਿੱਚ ਜਦੋਂ ਉਹ ਇਮੋਸ਼ਨਲ ਸੀਗੇ ਮੈਨੂੰ ਲੱਗਦਾ ਜਦੋਂ ਇਮੋਸ਼ਨਲ ਸੀਨ ਹੋਵੇ ਤਾਂ ਓਬਵੀਅਸਲੀ ਮਾਹੌਲ ਕਿਉਂਕਿ ਉਹ ਰੀਅਲ ਹੁੰਦਾ ਕਿਉਂਕਿ ਇਹ ਤਾਂ ਹੈ ਨਹੀਂ ਵੀ ਇੱਕਦਮ ਆਪਾਂ ਕੈਮਰੇ ਤੇ ਰੋਏ ਤੇ ਬਾਅਦ ਚ ਆਪਾਂ ਹੱਸਣ ਲੱਗ ਗਏ ਉਹ ਚੋਂ ਨਿਕਲਣ ਨੂੰ ਤੁਹਾਨੂੰ ਟਾਈਮ ਲੱਗਦਾ ਉਹ ਮਾਹੌਲ ਨੂੰ ਸਾਰੇ ਕਰੈਕਟਰ ਦੇ ਵਿੱਚੋਂ ਬਿਲਕੁਲ ਜਿੰਨਾ ਕਿ ਮੈਂ ਸਾਰਾ ਆਪਣੇ ਹੁਣ ਤੱਕ ਦੇ ਮੈਂ ਆਪਣੇ ਕਰੀਅਰ 'ਚ ਦੇਖਿਆ ਮੈਂ ਬਹੁਤ ਕੋਈ ਪੁਰਾਣਾ ਜਾਂ ਬਹੁਤ ਸਿਆਣਾ ਨਹੀਂ ਹੈਗਾ ਬਟ ਜਿੰਨਾ ਕਿ ਮੈਂ ਹੁਣ ਤੱਕ ਦੇਖਿਆ ਉਹ ਇਹੀ ਆ ਮੈਨੂੰ ਲੱਗਦਾ ਜਦੋਂ ਹੁਣ ਸਰਦਾਰ ਮੁਹੰਮਦ ਸੀਗਾ ਸਰਦਾਰ ਮੁਹੰਮਦ ਦਾ ਜਿਹੜਾ ਕਲਾਈਮੈਕਸ ਸੀ ਬਹੁਤ ਜ਼ਿਆਦਾ ਇਮੋਸ਼ਨਲ ਸੀਗਾ ਬਹੁਤ ਜ਼ਿਆਦਾ ਉਹ ਤੋਂ ਵੈਸੇ ਵੀ ਹੁਣ ਜਿਵੇਂ ਉੱਥੇ ਮੈਨੂੰ ਹਜੇ ਵੀ ਯਾਦ ਆ ਜਦੋਂ ਉਹ ਕਲਾਈਮੈਕਸ 'ਤੇ ਅਸੀਂ ਸਾਰੇ ਖੜੇ ਸੀਗੇ ਉਹ ਜਿਹੜਾ ਫੀਲ ਸੀਗਾ ਸਰਦਾਰ ਮੁਹੰਮਦ ਸਾਰੀ ਫਿਲਮ ਦੇ ਵਿੱਚ ਮੈਂ ਕਿਤੇ ਵੀ ਗਲਿਸਰੇ ਨਹੀਂ ਯੂਜ਼ ਕੀਤੀ ਹੋਈ ਜਿੱਥੇ ਮੈਂ ਰੋਇਆ ਉਹ ਅਸਲ ਰੋਇਆ ਤੇ ਕਰਮਜੀਤ ਅਨਮੋਲ ਬਾਈ ਹੋਣੀ ਵੀ ਜਿੱਥੇ ਮਤਲਬ ਹੈਗਾ ਉਹ ਗਲਿਸਰੇ ਨਹੀਂ ਹੈਗੀ ਉਹ ਐਂਡ 'ਤੇ ਸੀ ਜਦੋਂ ਖੜੇ ਸੀ ਨਾ ਹੁਣ ਮੈਂ ਸੀ ਅਨਮੋਲ ਬਾਈ ਸੀ ਬਾਕੀ ਹੋਰ ਹੋਰ ਆਰਟਿਸਟ ਵੀ ਸੀਗੇ ਸਾਡੇ ਪਿੱਛੇ ਖੜੇ ਵੀ ਜਿਹੜੇ ਮੁੰਡੇ ਸੀਗੇ ਉਹ ਵੀ ਉਹਨਾਂ ਦਾ ਜਦੋਂ ਕਿ ਅਕਸਰ ਕਰਾਊਡ ਦੇ ਅੱਖਾਂ 'ਚ ਹੰਝੂ ਆਉਣੇ ਬਹੁਤ ਵੱਡੀ ਗੱਲ ਹੁੰਦੀ ਹੈ ਬਿਲਕੁਲ ਸਹੀ ਅਸੀਂ ਖੜੇ ਸੀ ਜਦੋਂ ਜਦੋਂ ਜਤਿੰਦਰ ਮੈਡਮ ਆਏ ਉਹਨਾਂ 'ਚੋਂ ਵਾਈਬਸ ਸਾਨੂੰ ਐਂ ਫੀਲ ਹੋ ਰਹੀਆਂ ਸੀਗੀਆਂ ਸਾਡੇ ਅੰਦਰ ਐਂ ਜਾ ਰਹੀਆਂ ਸੀਗੀਆਂ ਵੀ ਜਿਹੜੇ ਕਰਾਊਡ ਵਾਲੇ ਖੜੇ ਸੀ ਉਹ ਵੀ ਰੋਪੇ ਉਹ ਤੋਂ ਬਾਅਦ ਜਦੋਂ ਉਹ ਸੀਨ ਸੀ ਜਦੋਂ ਮੈਂ ਇਹਨਾਂ ਨੂੰ ਜੱਫੀ ਪਾਉਣਾ ਮੈਨੂੰ ਹਜੇ ਵੀ ਯਾਦ ਆ ਉਹ ਮਤਲਬ ਉਹ ਕਰੈਕਟਰ ਮੇਰੇ ਲਈ ਬਹੁਤ ਇੰਟੈਂਸ ਸੀਗਾ ਸੱਚੀ ਕਰਨਾ ਤੇ ਉਹ 'ਚੋਂ ਨਿਕਲਣ ਨੂੰ ਕਹਿ ਲਓ ਜਾਂ ਉਹ ਚੀਜ਼ਾਂ ਹੁਣ ਵੀ ਜਦੋਂ ਮੈਂ ਦੇਖਦਾ ਜਾਂ ਮੇਰੇ ਦਿਮਾਗ 'ਚ ਸਿੱਧੀਆਂ ਸਟ੍ਰਾਈਕ ਕਰਦੀਆਂ ਮੈਂ ਹਜੇ ਤੱਕ ਵੀ ਇਮੋਸ਼ਨਲੀ ਬਹੁਤ ਮੈਂ ਕਹਿ ਸਕਦਾ ਮੈਂ ਵੀਕ ਹੋਇਆ ਹੋਇਆ ਵੀ ਉਹ ਮੈਨੂੰ ਲੱਗਦਾ ਜਦੋਂ ਮਾਹੌਲ ਸੈੱਟ ਤੇ ਜਦੋਂ ਇਮੋਸ਼ਨ ਹੁੰਦਾ ਤਾਂ ਇਮੋਸ਼ਨ ਜ਼ਰੂਰ ਤੁਸੀਂ ਜੁੜ ਜਾਂਦੇ ਹੋ ਉਸ ਕਰੈਕਟਰ ਦੇ ਨਾਲ ਜੁੜ ਜਾਂਦੇ ਹੋ ਔਰ ਇਹ ਕਰੈਕਟਰ ਦੀ ਖਾਸੀਅਤ ਵੀ ਹੈ ਭਾਜੀ ਕਿਉਂਕਿ ਜਦੋਂ ਤੁਸੀਂ ਕਿਸੇ ਕਰੈਕਟਰ ਨਾਲ ਜੁੜਦੇ ਹੋ ਔਰ ਉਹ ਫੀਲ ਨੂੰ ਲੋਕਾਂ ਦੇ ਸਾਹਮਣੇ ਲਿਆ ਕਰਦੇ ਹੋ ਫਿਰ ਲੋਕ ਉਸ ਫੀਲ ਨਾਲ ਡਾਇਰੈਕਟ ਜੁੜਦੇ ਨੇ ਬਿਲਕੁਲ ਹਨਾ ਇੱਕ ਮੂਡ ਹੁੰਦਾ ਔਰ ਇਹ ਬਿਨਾਂ ਮਿਹਨਤ ਤੋਂ ਹੁੰਦਾ ਨਹੀਂ ਤਾਂ ਤੁਹਾਡੀ ਮਿਹਨਤ ਨੂੰ ਹਮੇਸ਼ਾ ਸਲਾਮ ਹੈ ਤੁਸੀਂ ਬਹੁਤ ਸੋਹਣਾ ਕੰਮ ਕਰ ਰਹੇ ਹੋ ਈਵਨ ਤੁਹਾਡੇ ਨਾਲ ਜਿਸ ਤਰ੍ਹਾਂ ਤੁਸੀਂ ਆਰਟਿਸਟ ਦੱਸੇ ਸੁਨੀਤਾ ਧੀਰ ਮੈਮ ਦਾ ਨਾਮ ਲਿਆ ਤੁਸੀਂ ਬਹੁਤ ਕਮਾਲ ਕਮਾਲ ਦੇ ਈਵਨ ਸ਼ਵਿੰਦਰ ਸਰ ਜਿਹੜੇ ਤੁਹਾਡੇ ਫਾਦਰ ਸਾਹਿਬ ਦਾ ਕਰੈਕਟਰ ਕਰ ਰਹੇ ਨੇ ਮਤਲਬ ਮੈਂ ਉਹਨਾਂ ਦੇ ਐਕਸੈਂਟ ਦਾ ਹੀ ਯਾਰ ਸਾਰੇ ਲੋਕ ਡਰਦੇ ਨੇ ਮੇਰੇ ਤੋਂ ਕੀ ਬਾਤ ਹੈ ਉਥੋਂ ਉਹ ਤੈਨੂੰ ਜਮਾ ਖੌਫ ਨਹੀਂ ਮਤਲਬ ਕਮਾਲ ਉਹਨਾਂ ਦਾ ਐਕਸੈਂਟ ਬੜਾ ਕਮਾਲ ਹੈ ਤੁਸੀਂ ਬਿਲਕੁਲ ਪ੍ਰੋਪਰ ਉਹਨਾਂ ਨੂੰ ਮਿਮਿਕ ਕਰ ਲਿਆ ਤੁਸੀਂ ਨਹੀਂ ਭਾਜੀ ਮੈਂ ਬਸ ਉਹਨਾਂ ਨੂੰ ਦੇਖਦਾ ਰਹਿੰਦਾ ਨਾ ਮੈਂ ਵੀ ਇੱਕ ਫਿਲਮ ਕੀਤੀ ਉਹਨਾਂ ਨਾਲ ਤੁਸੀਂ ਆਪ ਬਹੁਤ ਵਧੀਆ ਇੱਕ ਆਰਟਿਸਟ ਤੇ ਐਕਟਰ ਹੋ ਤੁਸੀਂ ਸਾਰੇ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਕੰਪਲੀਮੈਂਟ ਇਹਨਾਂ ਨੂੰ ਦੇਣਾ ਚਾਹੂੰਗਾ ਮੈਂ ਆਫ ਕੈਮਰਾ ਵੀ ਦੇ ਕੇ ਹਟਿਆ ਜਸਟ ਮੈਂ ਕਿਹਾ ਸੀ ਮੈਂ ਕਿਹਾ ਵੀ ਮੈਨੂੰ ਸਾਰੇ ਇੰਨੇ ਵਧੀਆ ਲੱਗਿਆ ਕਿਉਂਕਿ ਲਾਈਵ ਕਾਮੇਡੀ ਕਰਨੀ ਇੱਕ ਮੈਨੂੰ ਬਹੁਤ ਵੱਡਾ ਇੱਕ ਟਾਸਕ ਹੁੰਦਾ ਲਾਈਵ ਦੇ ਵਿੱਚ ਲੋਕਾਂ ਨੂੰ ਹਸਾਉਣਾ ਲੋਕਾਂ ਨੂੰ ਜੋੜ ਕੇ ਰੱਖਣਾ ਤੁਹਾਨੂੰ ਸਾਰਿਆਂ ਲਈ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਦੇ ਕੰਮ ਨੂੰ ਤਾੜੀਆਂ ਸ਼ੁਕਰੀਆ ਭਾਜੀ ਸ਼ੁਕਰੀਆ ਬਹੁਤ ਬਹੁਤ ਬਸ ਅਸੀਂ ਆਹ ਇੱਕ ਘੰਟੇ ਦੇ ਵਿੱਚ ਫਟਾਫਟ ਕਰ ਲੈਂਦੇ ਕਿਉਂਕਿ ਇਸ ਤੋਂ ਬਾਅਦ ਸਾਨੂੰ ਅਸਲੀ ਪੁਲਿਸ ਪੈ ਜਾਂਦੀ ਹੈ ਸੋ ਨਿਕਲਣਾ ਵੀ ਪੈਂਦਾ ਕਿਉਂਕਿ ਬੰਦੇ ਡਰ ਰਹਿੰਦਾ ਭਾਜੀ ਅੱਛਾ ਮੈਂ ਫਿਲਮ ਦੀ ਗੱਲ ਕਰ ਰਿਹਾ ਸੀ ਰੱਬ ਦਾ ਰੇਡੀਓ ਗੱਲ ਸ਼ੁਰੂ ਹੋਣ ਤੋਂ ਪਹਿਲਾਂ ਇੱਕ ਮੈਂ ਗੱਲ ਕਹਿ ਲਾਂ ਅੱਛਾ ਤੁਸੀਂ ਵੀ ਕਰਨੀ ਗੱਲ ਸਰ ਦਾ ਲੰਚ ਟਾਈਮ ਹੋ ਗਿਆ ਹੈ ਧਿਆਨ ਬਹੁਤ ਰੱਖਦਾ ਮੈਂ ਲਓ ਜੀ ਓ ਥੈਂਕ ਯੂ ਓ ਓ ਭਾਜੀ ਨਹੀਂ ਨਹੀਂ ਹਾਂ ਉਹ ਇਹਦੀ ਪੈਂਟ ਪਤਾ ਨਹੀਂ ਕਦੋਂ ਨਹੀਂ ਧੋਤੀ ਨਹੀਂ ਤਾਂ ਤੁਸੀਂ ਬਿਸਕੁਟ ਖਾਣ ਲੱਗੇ ਗੱਲ ਇਹ ਵੀ ਸੀ ਯਾਰ ਸਿੱਧਾ ਹੀ ਬਿਸਕੁਟ ਤੂੰ ਜੇਬ 'ਚ ਪਾਈ ਫਿਰਦਾ ਤੂੰ ਘੱਟੋ ਘੱਟ ਇਹਨੂੰ ਇਹਦਾ ਇਹਦਾ ਕਵਰ ਕਿੱਥੇ ਆ ਕਵਰ ਮੈਂ ਦੁਕਾਨ ਤੇ ਸੱਟ ਆਇਆ ਕਵਰ ਉੱਤੇ ਲੈ ਲਿਆ ਹੋਣਾ ਅਸਲ 'ਚ ਗੱਲ ਕੀ ਹੋਣੀ ਹੈ ਇਹਨੇ ਸਾਰੇ ਪੈਕਟ 'ਚੋਂ ਇੱਕੇ ਬਚਾਇਆ ਬਾਕੀ ਖਾ ਗਿਆ ਹੋਣਾ ਨਹੀਂ ਇੱਕ ਮੈਂ ਆਪਣੇ ਲਈ ਰੱਖਿਆ ਕਿਉਂ ਕਰਨਾ ਉਹ ਪੁੱਤਰ ਇਹ ਕੋਲ ਲਈ ਆ ਤੈਨੂੰ ਪਤਾ ਨਹੀਂ ਪਰਾਏ ਬੰਦੇ ਕੋਲ ਇਹ ਓਪਰਾ ਕਰ ਦਿੰਦੀ ਹੈ ਪਹਿਲੀ ਪੁੱਤਰਾ ਗੱਲ ਸੁਣੋ ਬਿਲਕੁਲ ਨੀ ਖਾਣਾ ਭਾਜੀ ਉਹਨੇ ਖਾ ਲੈਣਾ
दो खालिया नी मुला दा एक खाली ते एक लाली तू देख तेरा फ्रंट ते किन्ना बुरा हाल है तू कहना अजे बैक दी प्रॉब्लम है डेढ़ किलो फिल्म खुली छड़ी ਓਏ ਕਾਲਾ ਸੀਗਾ ਉੱਥੇ ਉਹ ਤੈਨੂੰ ਕੀ ਹੋਣ ਡਿਆ ਓਏ ਭੁੱਖ ਲੱਗੀ ਆ ਐਨਰਜੀ ਲੈ ਰਿਹਾ ਉਹ ਭੁੱਖ ਲੱਗੀ ਆ ਤੈਨੂੰ ਪੁੱਤਰ ਮੈਂ ਤੈਨੂੰ ਅੱਜ ਕਿਸੇ ਢਾਬੇ ਦੇ ਬੈਕ ਸਾਈਡ ਤੇ ਛੱਡਣਾ ਕਿਉਂਕਿ ਉੱਥੇ ਖੁੱਲਾ ਤੁਹਾਡੇ ਨਾਲ ਗੱਲ ਕਰਦੇ ਕੋਈ ਚਾਕੜ ਨਹੀਂ ਆ ਗਈ ਅੱਜ ਤੁਹਾਡਾ ਸਿਰ ਜੌਬ ਦੇਖੋ ਕਿਹਦੇ ਨਾਲ ਲੱਗਣਾ ਫਿਰ ਸਰ ਜੀ ਇਹ ਤਾਂ ਇਦਾਂ ਹੀ ਦਿਮਾਗ ਖਾਂਦੇ ਆ ਆਪਾਂ ਹੋਰ ਵੀ ਕਿਧਰੇ ਪ੍ਰੈਸ ਕਾਨਫਰੰਸ ਜਾਣਾ ਕਿੱਥੇ ਪ੍ਰੈਸ ਕਾਨਫਰੰਸ ਜਾਣਾ ਓਏ ਲੋਏ ਦੀ ਪ੍ਰੈਸ ਚ ਕੋਲੇ ਗਰਮ ਕਰਕੇ ਪਾਣ ਵਾਲਿਆ ਪ੍ਰੈਸ ਕਾਨਫਰੰਸ ਇਹ ਜਿਹੜੀ ਕਾਨਫਰੰਸ ਵਰਡ ਗਿਆ ਨਾ ਤੂੰ 3 ਫੁੱਟ ਲੰਬਾ ਹੈ ਤੇਰੇ ਤੋਂ ਇਹ ਵਰਡ ਵੀ ਤਾਂ ਤੂੰ ਪ੍ਰੈਸ ਕਾਨਫਰੰਸ ਜੋੜ ਲਿਆ ਨਾਲ ਇੱਥੇ ਮਸਾ ਸਾਡੇ ਕੋਲ ਭਾਜੀ ਆਏ ਹੋਰ ਗੱਲਾਂ ਛੱਡੋ ਰੋਬ ਦੇਖੋ ਮੁੰਡੇ ਦਾ ਹੈ ਕੀ ਬਾਤ ਇਹ ਨਹੀਂ ਹੁੰਦਾ ਸਾਰਾ ਰੋਬ ਸਰੀਰ ਚ ਇਕੱਠਾ ਕਰ ਲਿਆ ਉਹਨਾਂ ਕੀ ਰਹਿ ਗਿਆ ਬਸ ਏਡਾ ਰੋ ਉਹ ਭਾਜੀ ਇਹ ਤਾਂ ਮੈਂ ਹੁਣ ਕਿਤੇ ਬੌਂਸਰ ਲੱਗ ਗਿਆ ਮੈਂ ਸ਼ੁਕਰ ਕੀਤਾ ਪਰਮਾਤਮਾ ਦਾ ਇਹ ਤਾਂ ਕੰਮ ਹੀ ਬੜਾ ਗਲਤ ਕਰਦਾ ਹੈ ਪੱਥਰਾਂ ਨੂੰ ਹਰਾ ਰੰਗ ਕਰਕੇ ਤਰਬੂਜ ਬਣਾਉਣਾ ਵੇਚਦਾ ਰਿਹਾ ਇੱਕ ਵਾਰੀ ਬੰਦਾ ਕਹਿੰਦਾ ਲਓ ਜੀ ਚਾਚੇ ਦਾ ਉਧਰ ਹੱਸ ਚਾਚੇ ਦਾ ਸਮਾਨ ਚੱਲ ਪਿਆ ਮੈਨੂੰ ਲੱਗਦਾ ਚੱਕਰ ਚ ਯਾਦ ਰੱਖੀ ਕਦੇ ਭੁਲੇਖੇ ਚ ਨਾ ਨੂੰ ਲੈ ਗਿਆ ਤੂੰ ਜਿਹੜਾ ਵਿੱਚ ਚਾਚਾ ਬਾਉਂਸਰ ਹੋਣ ਦੇ ਨਾਤੇ ਮੇਰੇ ਵੱਲੋਂ ਤੈਨੂੰ ਫਿਟੇ ਮੂੰਹ ਲਓ ਜੀ ਕਿੱਡੀ ਉਹਨੇ ਗੱਲ ਕੱਢੀ ਹੈ ਮੈਨੂੰ ਲੱਗਾ ਕਿਤੇ ਬੜੀ ਕਿਤੇ ਉੱਚੀ ਗੱਲ ਕੀਤੀ ਹੋਣੀ ਹੈ ਅੱਛਾ ਬੋਲੋ ਆਪ ਹੀ ਨਹੀਂ ਉੱਚਾ ਉੱਚੀ ਗੱਲ ਕਿਵੇਂ ਕਰੂਗਾ ਆ ਗਈ ਸਰ ਬੜੀ ਕੀ ਆ ਗਈ ਤੇ ਭੁੱਲੀ ਆਈ ਸਰ ਬੜੀ ਹਾਂ ਜ਼ੋਰ ਪੈ ਗਿਆ ਚ ਨਾਲ ਆਉਣ ਦੇ ਭਾਈ ਬਾਰੀ ਬਾਰੀ ਚਿਕਨ ਦੀ ਬਾਰੀ ਚਿਕਨ ਦੀ ਜਦੋਂ ਕੱਟਣ ਗਏ ਨਾ ਸਰ ਮੇਰੇ ਨਾਲ ਤਾਇਆ ਜੀ ਵੀ ਗਏ ਸੀਗੇ ਤੇ ਨਾਲ ਗਈ ਸੀ ਤਾਈ ਮੈਨੂੰ ਕੀ ਦੱਸਣ ਮੈਂ ਸੂਮੋ ਕਰਾ ਕੇ ਦੇਣੀ ਸਾਰਿਆਂ ਨੂੰ ਹਾਂ ਸਰ ਤੁਸੀਂ ਸੁਣੋ ਬਾਰੀ ਬਾਰੀ ਚਿਕਨ ਦੀ ਸੀ ਬਾਰੀ ਬਾਰੀ ਚਿਕਨ ਦੀ ਸੀ ਜਦੋਂ ਕੱਟਣ ਗਏ ਨਾ ਸਰ ਤਾਇਆ ਜੀ ਮੇਰੇ ਨਾਲ ਗਏ ਸੀ ਕਿਤੇ ਨਾਲ ਗਈ ਸੀ ਤਾਈ ਹਾਂ ਸਰ ਜੀ ਮੈਨੂੰ ਵਿੱਦਿਆ ਪੜਾਈ ਦੀ ਸੌਣ ਲੱਗੀ ਮੈਂ ਨਹੀਂ ਟੀਟੀ ਵਜਾਈ ਲਓ ਜੀ ਦੇਖੋ ਗੱਲ ਜੋੜਦੀ ਕਿੱਥੇ ਕ੍ਰੀਏਟਿਵ ਬਹੁਤ ਆ ਪਰ ਉਹ ਕ੍ਰੀਏਟੀਵਿਟੀ ਲਾਸਟ ਲਾਈਨ 'ਚ ਪਤਾ ਲੱਗਦੀ ਆ ਉਹ ਤੋਂ ਪਹਿਲਾਂ ਤਾਂ ਰਜਾ ਆ ਜਾਈ ਹੁੰਦਾ ਸਸਪੈਂਸ ਬਣਾ ਕੇ ਰੱਖਦੀ ਆ ਉਹ ਤੋਂ ਪਹਿਲਾਂ ਤਾਂ ਮਤਲਬ ਐਡੀ ਤੂੰ ਤਹਿਕੀਕਾਤ ਨਾਟਕ ਦਾ ਸੈਮਡ ਸਲਵਾ ਤੇ ਸਸਪੈਂਸ ਬਣਾਉਣ ਦੀ ਇਧਰ ਬੰਕੇਸ਼ ਬੱਚੀ ਹਾਂ ਇਧਰ ਉਹਦਾ ਚਾਚਾ ਜੀ ਨੂੰ ਦੇਖ ਕੇ ਇਦਾਂ ਲੱਗ ਰਿਹਾ ਜਿੱਦਾਂ ਨਾ ਮੱਝ ਨੂੰ ਪਾਣੀ ਵਾਲੀ ਪਿਸਤੌਲਾਂ ਨਹੀਂ ਨਵਾਇਆ ਹੁੰਦਾ ਸਰ ਕਿਹਦੀ ਕਰਤਾ ਨਾ ਆਪਣਾ ਮੂੰਹ ਵੀ ਦੇਖ ਲੈ ਮੈਂ ਪੁੱਤਰਾ ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਮੈਂ ਤੁਹਾਡੇ ਨਾਲ ਆ ਜੀ ਆਪਣਾ ਮੂੰਹ ਵੀ ਦੇਖ ਲੈ ਜਿਵੇਂ ਬੱਕਰੀ ਨੇ ਸ਼ੇਪ ਕੀਤੀ ਹੁੰਦੀ ਆ ਲਓ ਜੀ ਨਵੀਂ ਗੱਲ ਉਹ ਕਿੱਧਰ ਬੱਕਰੀਆਂ 'ਚ ਵੜ ਗਏ ਹੋ ਤੁਸੀਂ ਮੈਂ ਪੁੱਤਰਾ ਸਿਆਣਾ ਬਣਾ ਬੰਦਾ ਮੈਂ ਨਹੀਂ ਇਹ ਗੱਲਾਂ ਕਰਨੀਆਂ ਚਾਚਾ ਬਿਆਣਾ ਕਹਿਲਾ ਸਿਆਣਾ ਨਾ ਕਹਿ ਜੇ ਸਿਆਣਾ ਹੁੰਦਾ ਨਾ ਤੂੰ ਆਂਦਾ ਨਾ ਅੱਜ ਇੱਥੇ ਤੂੰ ਮੇਰਾ ਚੱਲਦਾ ਇੰਟਰਵਿਊ ਖਰਾਬ ਕਰਨ ਦੇ ਮੈਂ ਆਪਣੇ ਜਸਣ ਪੁੱਤ ਨੂੰ 1,00,000 ਰੁਪਇਆ ਦੇਣਾ ਹਾਂ ਗਾਣਾ ਸੁਣਾ ਨੇ ਪਹਿਲੇ ਮੈਨੂੰ ਇਹ ਦੱਸ ਚਾਚਾ ਤੇਰੇ ਕੋਲ ਆਣਾ ਕਿੱਥੋਂ 1,00,000 ਤੇਰੇ ਕੋਲੋਂ ਹੈ ਤੇਰੇ ਕੋਲੋਂ ਸ਼ਾਬਾਸ਼ ਚਾਚੇ ਨੂੰ ਮੈਂ ਫੋਨ ਕਰਕੇ ਸੱਦਿਆ ਤੂੰ ਸੱਦਿਆ ਫੋਨ ਕਰਕੇ ਇਸੇ ਕਰਕੇ ਪੁੱਤਰ ਤੂੰ ਮੇਰਾ ਦੁਸ਼ਮਣ ਹੀ ਬਣਿਆ ਰਹਿਣਾ ਸਾਰੀ ਉਮਰ 200 ਰੁਪਇਆ ਲਿਆ ਵਾ ਲਓ ਜੀ ਇਹ ਕੰਮ ਕਰਨ ਦੇ ਤੁਹਾਡੇ ਉਹਦੇ ਪਿੱਛੇ ਇਹਨੂੰ ਇਹਦਾ ਥੋੜਾ ਜਿਹਾ ਧਿਆਨ ਰੱਖਣਾ ਤੁਸੀਂ ਅੱਛਾ ਬਈ ਸਾਰੇ ਚੁੱਪ ਕਰ ਜਾਓ ਹੁਣ ਅਸੀਂ ਇੱਕ ਫੋਨ ਲੈਣਾ ਤੇ ਭਾਈ ਦੀ ਗੱਲ ਕਰਾਉਣੀ ਹੈ ਸਾਡੇ ਜਿਹੜੇ ਕਾਲਰ ਨੇ ਉਹਨਾਂ ਨਾਲ ਗੱਲ ਕਰਨੀ ਹੈ ਤੇ ਪਹਿਲੇ ਉਹਨਾਂ ਕੋਲ ਗਾਣਾ ਵੀ ਸੁਣ ਲਈਏ ਜਰਾ ਉਹ ਗੁੱਸੇ 'ਚ ਹੋਣੇ ਹੈਲੋ ਸਤਿ ਸ਼੍ਰੀ ਅਕਾਲ ਪਾਲੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ 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 ਸਤਿ ਸ
दोबारा कि फर्क है चक्कर नहीं है ਹੋਰ ਸੁਣਾ ਮੈਮ ਠੀਕ ਹੋ ਜੀ ਬੜੀ ਖੁਸ਼ੀ ਹੋਈ ਆਪਣੇ ਬੱਚੇ ਤਰੱਕੀਆਂ ਕਰਦੇ ਆ ਆਪਾਂ ਪਰਮਾਤਮਾ ਅੱਗੇ ਕਰਦੇ ਆ ਕੋਸ਼ਿਸ਼ ਕਰਦੇ ਆ ਤੁਹਾਨੂੰ ਰੱਬ ਦਿਨ ਚੌਗਣੀ ਤਰੱਕੀ ਦੇ ਦੇ ਨਾਲ ਤੁਸੀਂ ਹਮੇਸ਼ਾ ਖੁਸ਼ ਰਹੋ ਚੜ੍ਹਦੀ ਕਲਾ ਚ ਰਹੋ ਬਿਲਕੁਲ ਬਿਲਕੁਲ ਤੇ ਤੁਸੀਂ ਫਿਲਮ ਦੇਖਣ ਜਾ ਰਹੇ ਹੋ ਨਾ ਹਾਂ ਜੀ ਹਾਂ ਜੀ ਜ਼ਰੂਰ ਜਾਵਾਂਗੇ ਆ ਤਿੰਨ ਟਿਕਟਾਂ ਸਾਡੀਆਂ ਵੀ ਕੱਢ ਲਿਓ ਮਾੜੀਆਂ ਜੀਆਂ ਚਲੋ ਕੋਈ ਨਹੀਂ ਆ ਜਾਓ ਨੋ ਪ੍ਰੋਬਲਮ ਹਾਂ ਜੀ ਹਾਂ ਜੀ ਪਰ ਮਹਿੰਗਾ ਪੈ ਨੇ ਕੱਲਾ ਬੰਦਾ ਤੁਹਾਨੂੰ 1.5 ਲੱਖ ਚ ਪੈ ਨੇ ਕਿਉਂਕਿ ਉੱਥੇ ਅਮਰੀਕਾ ਆ ਕੇ ਫਿਲਮ ਦੇਖਣੀ ਔਖੀ ਹੋਈ ਨਹੀਂ ਥੋੜੀ ਸਤਿ ਸ੍ਰੀ ਅਕਾਲ ਮੈਮ ਕੀ ਹਾਲ ਚਾਲ ਨੇ ਬਿਲਕੁਲ ਠੀਕ ਠਾਕ ਤੁਸੀਂ ਉਹਨਾਂ ਦੀ ਮੂਵੀ ਜਿਹੜੀ ਵੀ ਆਣੀ ਹੈ ਗੁੱਡ ਲੱਕ ਥੈਂਕ ਯੂ ਜੀ ਥੈਂਕ ਯੂ ਤੁਸੀਂ ਮੈਮ ਟ੍ਰੇਲਰ ਦੇਖੋ ਨਾ ਰੱਬ ਦਾ ਰੇਡੀਓ 2 ਦਾ ਤੁਸੀਂ ਲਾਈਕ ਕਰੋਗੇ ਬਹੁਤ ਜ਼ਿਆਦਾ ਅੱਛਾ ਆਈ ਵਿਲ ਹਾਂਜੀ ਹਾਂਜੀ ਹੋਰ ਸੁਣਾ ਮੈਮ ਠੀਕ ਠਾਕ ਹੋ ਵਧੀਆ ਗੁੱਡ ਬਿਲਕੁਲ ਠੀਕ ਠਾਕ ਚਲੋ ਆਪਣਾ ਖਿਆਲ ਰੱਖਣਾ ਜੀ ਸ਼ੁਕਰੀਆ ਮੈਮ ਥੈਂਕ ਯੂ ਲਓ ਜੀ ਆਉਣ ਲੱਗੇ ਤੇ 10 ਆ ਗਏ ਤੇ ਜਾਣ ਲੱਗੇ ਸਾਰੇ ਚਲੇ ਗਏ ਲਓ ਜੀ ਅੱਛਾ ਹੁਣ ਬ੍ਰੇਕ ਲੈ ਲਈਏ ਕਿ ਭਾਈ ਨਾਲ ਗੱਲ ਕਰ ਲਈਏ ਅੱਛਾ ਮੈਂ ਪੁੱਛਣ ਕਿਹਦੇ ਕੋਲ ਡਿਆ ਦੇਖੋ ਮੇਰਾ ਕੈਸਾ ਦਿਮਾਗ ਚੱਲਦੇ ਸ਼ੋਅ 'ਚ ਖਰਾਬ ਹੋਇਆ ਉਹਨੂੰ ਪੁੱਛਣ ਡੇ ਪਰਮਿਸ਼ਨ ਇੱਧਰ ਲਾਓ ਨਾ ਪਹਿਲਾਂ ਹੈ ਹਾਂ ਇੱਧਰ ਬਣਦੀ ਹੈ ਉਹ ਜ਼ਿੰਦਗੀ 'ਚ ਕਦੀ ਸਕੂਲ 'ਚ ਐਡਮਿਸ਼ਨ ਨਹੀਂ ਲਈ ਤੂੰ ਤੇਰੇ ਕੋਲ ਮੈਂ ਪਰਮਿਸ਼ਨ ਲੈ ਲਵਾਂ ਹੈ ਤੇ ਇਹਨੂੰ ਦੇਖ ਕੇ ਇਦਾਂ ਲੱਗ ਰਿਹਾ ਜਿੱਦਾਂ ਸਿਰ ਫਰਾਟੇ ਵਾਲੇ ਪੱਖੇ ਨਾਲ ਸਾਗ ਨਹੀਂ ਵੱਢਿਆ ਹੁੰਦਾ ਉਹ ਕਿਉਂ 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 ਪੁੱਤਰ ਤੂੰ ਦੁਨੀਆ ਦੇ ਬੇਇੱਜ਼ਤੀ ਕਰਾਉਣਾ ਹੈ ਹੁੰਦੀ ਰਹੀ ਤੁਸੀਂ ਯਕੀਨ ਮੰਨੋਗੇ ਬਾਥਰੂਮ ਜਿਹੜੀ ਸਭ ਤੋਂ ਛੋਟੀ ਟੂਟੀ ਹੁੰਦੀ ਹੈ ਨਾ ਉਹਦੇ ਥੱਲੇ ਵੀ ਖਲੋ ਕੇ ਨਹਾ ਲੈਂਦਾ ਹੈ ਹੋਰ ਬੰਦੇ ਦਾ ਕੀ ਟੈਲੈਂਟ ਹੋਣਾ ਚਾਹੀਦਾ ਮੈਨੂੰ ਉਹਦੇ ਥੱਲੇ ਵੀ ਖਲੋ ਕੇ ਨਾ ਹਾਂ ਵੀ ਮਤਲਬ ਟੈਲੈਂਟ ਬੜਾ ਮੈਂ ਤੁਹਾਨੂੰ ਖਰਬੂਜੇ ਵਾਲੀ ਗੱਲ ਨਹੀਂ ਦੱਸੀ ਤੂੰ ਵਾਲੀ ਉਹ ਫਸ ਗਿਆ ਇੱਕ ਦਿਨ ਪੱਥਰਾਂ ਦੇ ਹਰਾ ਰੰਗ ਕਰ ਲਿਆ ਫਟਾਫਟ ਬੰਦਾ ਕਹਿੰਦਾ ਵੀ ਚੈੱਕ ਕਰਾ ਲਾ ਲੈ ਕਿ ਨਹੀਂ ਚਾਕੂ ਮਾਰਿਆ ਉਹ ਬਚਾਵੇ ਨਾ ਅੰਦਰ ਮੈਂ ਤਿੱਖਾ ਕਰਨ ਲੱਗ ਪਿਆ ਕਹਿੰਦਾ ਨਹੀਂ ਨਹੀਂ ਇਹ ਤਾਂ ਮੈਂ ਦੂਜਾ ਕੰਮ ਸ਼ੁਰੂ ਕੀਤਾ ਹੋਇਆ ਹਿਸਾਬ ਨਾਲ ਫੜ ਲਿਆ ਅਗਲੇ ਨੇ ਮੂਲੀਆਂ ਦੇ ਧਾਗੇ ਬਾਬਾ ਮੋਮਬੱਤੀਆਂ ਬਣਾ ਕੇ ਵੇਚਦਾ ਜੇ ਮੈਂ ਹੋਰ ਕੀ ਕਰੀ ਕਰ ਸਕਦਾ ਹਾਂ ਆ ਲੋ ਜੀ ਵੇਲਾ ਹੋ ਗਿਆ ਛੋਟੇ ਬ੍ਰੇਕ ਦਾ ਲੈਣ ਛੋਟੇ ਬ੍ਰੇਕ ਦੇ ਬ੍ਰੇਕ ਤੋਂ ਬਾਅਦ ਇਸੇ ਪ੍ਰੋਗਰਾਮ ਦੇ ਵਿੱਚ ਜਨਾਬ ਜੀ ਜਨਾਬ ਹਾਂਜੀ ਵੈਲਕਮ ਬੈਕ ਜੀ ਇੱਕ ਵਾਰੀ ਫੇਰ ਸਵਾਗਤ ਹੈ ਜੀ ਪ੍ਰੋਗਰਾਮ ਜੀ ਜਨਾਬ ਦੇ ਵਿੱਚ ਤੇ ਅੱਜ ਸਾਡੇ ਮਜ਼ਾਕਪੁਰ ਥਾਣੇ ਦੇ ਮਤਲਬ ਚਕਾ ਚੌਂਧ ਹੋ ਗਿਆ ਸਾਡਾ ਮਜ਼ਾਕਪੁਰ ਥਾਣਾ ਕਿਉਂਕਿ ਸਾਡੇ ਕੋਲ ਮੋਸਟ ਟੈਲੈਂਟਡ ਮੋਸਟ ਹੈਂਡਸਮ ਮੋਸਟ ਕਿੰਨਾ ਕੁਛ ਤਰਸੇਮ ਜੱਸੜ ਭਾਈ ਆਏ ਨੇ ਤੇ ਬੜੀ ਖੁਸ਼ੀ ਦੀ ਗੱਲ ਆ ਉਦਾਂ ਸਾਡੇ ਥਾਣੇ 'ਚ ਕਦੇ ਕਦੇ ਕੋਈ ਆਉਂਦਾ ਹੁੰਦਾ ਤੇ ਜਦੋਂ ਆਉਂਦਾ ਸਾਨੂੰ ਖੁਸ਼ ਚਾਹ ਚੜ੍ਹ ਜਾਂਦਾ ਤੇ ਇੰਨਾ ਚਾਹ ਚੜ੍ਹ ਜਾਂਦਾ ਅਸੀਂ ਚਾਹ ਵੀ ਨਹੀਂ ਮੰਗਾਈ ਸਵੇਰ ਦੀ ਜੱਸੜ ਭਾਈ ਕੁਛ ਖਾਓਗੇ ਕੁਛ ਮਤਲਬ ਕੁਛ ਵੀ ਨਹੀਂ ਬਸ ਠੀਕ ਹੈ ਜੀ ਬੋਲੀ ਖਾ ਲਾਂਗੇ ਇੱਕ ਅੱਧੀ ਹੋਰ ਨਹੀਂ ਬੋਲੀ ਤਾਂ ਤੁਸੀਂ ਖਾ ਲਓ ਕੁਛ ਮਤਲਬ ਖਾਣ ਲਈ ਕੋਈ ਚਾਹ ਲਈ ਕੋਈ ਸਮਥਿੰਗ ਕੁਛ ਟਾਈਮ ਓਵਰ ਹੋ ਗਿਆ ਨਹੀਂ ਟਾਈਮ ਓਵਰ ਹੋ ਗਿਆ ਨਹੀਂ ਮੈਂ ਕਹਿੰਦਾ ਸੀ ਜੇ ਉਹਨਾਂ ਖਾਣਾ ਸਾਡੇ ਲਈ ਮੰਗਾ ਲੈਂਦੇ ਅਸੀਂ ਵੀ 4 ਦਿਨ ਹੋ ਗਏ ਸਿਰ ਬੋਲੀ ਫਿਰ ਕਹਿਣ ਉਹਨਾਂ ਨੇ ਹੈ ਕੱਲ ਦੀ ਦਿਨ ਦੇ ਉਹਨੇ ਮੈਨੂ ਦੇ ਵਿੱਚ ਦੇਖ ਲਿਆ ਬੋਲੀ ਵਧੀਆ ਲੱਗੀ ਉਹਨਾਂ ਨੂੰ ਟੇਸਟੀ ਲੱਗੀ ਸਿਰ ਤੇ ਕੀ ਤੂੰ ਸ਼ਾਹੀ ਬੋਲੀ ਸੁਣਾਉਣ ਲੱਗੀ ਫਿਰ ਸਿਰ ਨਹੀਂ ਮੈਂ ਕਿ ਜਾਂ ਬੋਲੀ ਭੁਰਜੀ ਸੁਣਾਉਣ ਲੱਗੀ ਕੀ ਸੁਣਾਉਣ ਲੱਗੀ ਬੋਲੀ ਆਲੂ ਤੇ ਨਹੀਂ ਸੁਣਾਉਣ ਲੱਗੀ ਸਿਰ ਬੋਲੀ ਬੋਲੀ ਸੁਣਾਉਣ ਲੱਗੀ ਸਿਰ ਚੱਲ ਸੁਣਾ ਹਾਂਜੀ ਸਿਰ ਬਾਰੀ ਬੜੀ ਮਿਰਚਾਂ ਤੇ ਰੱਖੀ ਥੋੜੀ ਜੀ ਬਾਰੀ ਬੱਜੀ ਕਰਨੀ ਨਮਕ ਵੀ ਚੱਕ ਸਿਰ ਤੁਹਾਨੂੰ ਕਿਹਾ ਸੀ ਨਾ ਮੇਰੀ ਬੋਲੀ ਚ ਬੋਲਿਆ ਕਰੋ ਨੁੱਕਰ ਨਾ ਕਰਵਾ ਜਾਣੀ ਤੁਹਾਡੇ ਤੁਹਾਨੂੰ ਕਿਹਾ ਸੀ ਤੇ ਸੁਣਾ ਸੁਣਾ ਬਾਰੀ ਬੱਜੀ ਕਰਨੀ ਸੀ ਬਾਰੀ ਬੱਜੀ ਕਰਨੀ ਜਦੋਂ ਘਟਣਗੇ ਨਾ ਸਿਰ ਮੈਂ ਬਰਗਰ ਖਾਣ ਲੱਪੀ ਮੰਮੀ ਕਹਿੰਦੇ ਖਾਂਦੇ ਹੋ ਛੱਡੋਗੇ ਤਾਂ ਨਹੀਂ ਛੱਡੋਗੇ ਨਾ ਜੋ ਖਤਮ ਹੋ ਗਿਆ ਹਾਂ ਕੀ ਗੱਲ ਖਤਮ ਹੋ ਜੀ ਹਾਂ ਕੀ ਗੱਲ ਹਾਂ ਸੁਣਾ 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 ਇੱਕ ਵਾਰੀ ਬਾਰੀ ਬੱਜੀ ਕਰਨੀ ਸੀ ਬਾਰੀ ਬੱਜੀ ਕਰਨੀ ਜਦੋਂ ਘਟਣਗੇ ਨਾ ਸਿਰ ਮੈਂ ਬਰਗਰ ਖਾਣ ਲੱਪੀ ਤੇ ਮੰਮੀ ਕੋਲ ਖੜੇ ਸੀਗੇ ਉਹ ਕਹਿੰਦੇ ਤੂੰ ਗੱਲ ਸੁਣ ਬਰਗਰ ਖਾਂਦੇ ਹੋ ਛੱਡੋਗੇ ਤਾਂ ਨਹੀਂ ਹਨਾ ਮੈਂ ਕਿਹਾ ਮੈਂ ਨਹੀਂ ਛੱਡੂੰਗੀ ਸਿਕਿਉਰਿਟੀ ਹੈਡ ਦਾ
ਤੁਸੀਂ ਇਹਦਾ ਫਿਰ ਬ੍ਰੇਕ ਡਾਂਸ ਨਹੀਂ ਦੇਖਿਆ? ਅਜੇ ਤਾਂ ਕਈ ਕੁਛ ਨਹੀਂ ਦੇਖਿਆ ਜੀ। ਹਾਂ ਕਈ ਕੁਛ ਨਹੀਂ ਹੈ, ਤੁਸੀਂ ਉਹ ਨਹੀਂ ਦੇਖਿਆ ਉਲਟ ਬਾਜੀਆਂ ਲਾਉਂਦੇ, ਇੰਨੇ ਜੇ ਰਿੰਗ ਚੋਂ ਨਿਕਲ ਜਾਂਦਾ। ਅੱਛਾ ਜੀ। ਹਾਂ ਉਹ ਚੋਂ ਤਾਂ ਨਿਕਲ, ਪਰ ਨਿਕਲਦਾ 3 ਸਾਲ ਬਾਅਦ ਹੈ, ਉਹ ਕੱਟਣਾ ਪੈਂਦਾ ਨਾ ਫਸ ਜਾਂਦਾ ਵਿੱਚ। ਗੋਹਾ ਸੁਣ ਕੇ ਦੱਸ ਦਿੰਦਾ ਜੀ ਕਿਹੜੀ ਮੱਝ ਦਾ, ਬੜਾ ਟੈਲੈਂਟਡ ਹੈ ਸਰੇ। ਤੇਰੇ ਤੋਂ ਹੀ ਸਿੱਖਿਆ ਮੈਡਮ। ਮੈਂ ਨਾ ਹੋਰ ਵੀ ਚੀਜ਼ਾਂ ਦੱਸਣਾ ਜਿਹੜੀਆਂ ਸਿੱਖੀਆਂ। ਉਹ ਪੁੱਤਰਨਾਕ ਉਹ ਤੋਂ ਤੈਨੂੰ ਮੈਂ ਕੱਲ ਦੇਖਿਆ, ਕੱਲ ਤੈਨੂੰ ਦੇਖਿਆ ਰਸਤੇ ਕੁੱਤੇ ਪੈ ਗਏ ਸੀ। ਕੁੱਤੇ ਪੈ ਗਏ ਸਰ, ਗਾਲਾਂ ਕੱਢਦੇ ਕੁੱਤੇ। ਰੋਟੀ ਮੰਗਣਾ ਭੌਂਕਣ ਲੱਗ ਪਾ ਸਰ। ਮੈਨੂੰ ਸਰ ਡਰ ਲੱਗਣ ਲੱਗ ਪਾ, ਮੈਂ ਸਰ ਇੱਟ ਚੁੱਕੀ ਜ਼ੋਰ ਦੀ ਮਾਰੀ ਉਹਦੇ ਸਰ, ਉਹਨੇ ਸਰ ਗਾਲ ਕੱਢੀ ਰੋਂਦੇ ਹੋਏ ਮੈਨੂੰ। ਇਸੇ ਚੱਕਰ ਤੇ ਰੋ ਕੁੱਤਾ ਖਾ ਹੀ ਆਈ ਆ, ਸਾਰੀਆਂ ਵਾਜਾਂ ਤੇਰੇ ਅੰਦਰੋਂ ਨਿਕਲਣ ਡਈਆਂ। ਮੈਂ ਪੁੱਛਿਆ, ਮੈਂ ਤੂੰ ਮੈਨੂੰ ਚਾਹੁੰਦਾ ਕੀ? ਦੇਖੋ ਚਾਚੇ ਨੂੰ ਕੁਛ ਨਹੀਂ ਕਹਿਣਾ। ਨਹੀਂ ਨਹੀਂ ਮਾਰਾ, ਮੇਰਾ ਚਾਚਾ ਤੂੰ ਹੀ ਕਿੱਦਾਂ ਜਸ। ਆਪਣੇ ਬਹੁ ਕਿਹਾ ਆਪਣੇ ਸ਼ਬਦ ਵਿੱਚ। ਅੱਛਾ, ਆਪਣੇ ਮੁੰਡੇ ਦਾ ਵਿਆਹ ਕਰਾਉਣਾ ਚਾਹੁੰਦਾ ਤੇਰੇ ਨਾਲ? ਸਰ ਕਿਆ ਪਤਾ ਕਿਦਾਂ ਕਿਸ ਤਰ੍ਹਾਂ ਤੂੰ ਮੈਨੇਜ ਕਰਨੀ ਹੈ? ਦੇਖ ਲੈ ਤੂੰ ਇਹ ਗੱਲ ਪਹਿਲਾਂ ਵੀ ਕਿਸੇ ਨੂੰ ਕਹੀ ਮੈਂ ਆਇਆ 10 ਮਿੰਟ ਤੇ ਕਿੰਨੀ ਕਾਹਲੀ ਕੀਤੀ ਆ ਤੂੰ। ਮਤਲਬ ਆਪਾਂ ਜਾਣਾ ਤੈਨੂੰ ਓਦਾਂ ਆਕੜ ਲੱਗ ਰਹੀ ਆ ਕਿੱਡਾ ਤੂੰ। ਬੇਟਾ ਮੈਂ ਵੀ ਕੁਛ ਬੋਲਾਂ। ਹਾਂਜੀ। ਉੱਛਾ ਚਾਚਾ ਤੂੰ ਆਇਆ? ਜਸਰ ਬਤ ਮੈਂ ਇਹ ਪੁੱਛਣਾ ਤੁਹਾਡੀ ਫਿਟਨੈਸ ਦਾ ਰਾਜ ਕੀ ਆ? ਵਾਹ ਵਾਹ, ਖੂਬਸੂਰਤੀ ਦਾ ਰਾਜ ਕੀ ਆ? ਦੱਸੋ ਮੜਾ ਜਿਹਾ ਫਿਰ ਆਪਾਂ ਵੀ। ਖੂਬਸੂਰਤੀ ਤਾਂ ਨਹੀਂ ਹੈਗੀ, ਫਿਟਨੈਸ ਦਾ ਮੈਂ ਜ਼ਰੂਰ ਦੱਸ ਦਿੰਦਾ। ਫਿਟਨੈਸ ਮੈਨੂੰ ਐਕਸਰਸਾਈਜ਼ ਕਰਨ ਦਾ ਹੈਗਾ ਤੇ ਸਪ੍ਰਿੰਟ ਵਗੈਰਾ ਮੈਂ ਹਾਕੀ ਖੇਡਦਾ ਰਿਹਾ, ਉਹ ਮੰਨ ਲਓ ਬਾਡੀ ਵੇਟ ਐਕਸਰਸਾਈਜ਼ ਆ ਮੈਨੂੰ, ਉਹ ਪਹਿਲਾਂ ਤੋਂ ਹੀ ਹੈਗੀ ਆ, ਤਾਂ ਜਦੋਂ ਟਾਈਮ ਮਿਲਦਾ ਉਨੀ ਕਰ ਲੈਂਦਾ। ਨਹੀਂ ਉਦਾਂ ਤੇ ਫਿਰ ਚਾਚਾ ਵੀ ਸਾਡਾ ਖੇਡਦਾ ਕੁਛ ਨਾ ਕੁਛ। ਦੱਸ ਪੁੱਤਰਾ ਮੇਰੇ ਬਾਰੇ ਕਾਰਨਾ ਬਤਾ। ਚਾਚਾ ਜਿੰਨਾ ਮੂੰਹ ਨਾ ਪਾਸੀਆਂ ਚੋ ਚੋ ਕੇ ਵਗਾ ਕੇ ਉਧਰ ਪਰਲੇ ਪਾਸੇ ਘੀਰੇ ਲਾ ਕੇ ਸੁੱਟਦਾ ਤੁਹਾਨੂੰ ਪਤਾ ਹੀ ਨਹੀਂ। ਉਹ ਛੋਟਾ ਹੁੰਦਾ ਬਹੁਤ ਤੂੰ ਵੀ ਕਾਰਨਾਮੇ ਕਰਦਾ ਰਿਹਾ। ਉਹ ਚਾਚਾ ਮੈਂ ਤਾਂ ਫਿਰ ਜਿਹੜਾ ਤੂੰ ਨੱਕ ਨਾਲ ਟਰੱਕ ਖਾਈਦਾ ਹੁੰਦਾ ਉਹ ਵੀ ਦੱਸ। ਉਹ ਚਾਚਾ ਫਿਰ ਤੈਨੂੰ ਪਤਾ ਹੀ ਆ ਬਚਪਨ ਦੀਆਂ ਗੱਲਾਂ, ਤੂੰ ਵੱਡੇ ਹੋ ਗਣੀ ਛੱਡੀਆਂ, ਮੈਂ ਤਾਂ ਫਿਰ ਬਚਪਨ 'ਚ ਸੀਗਾ, ਦੇਖ ਲੈ ਫਰਕ ਕਿੰਨਾ। ਅੱਛਾ ਚੱਲ ਛੱਡੋ। ਅੱਛਾ ਭਾਈ ਮੈਨੂੰ ਇਹ ਦੱਸੋ, ਮਿਊਜ਼ਿਕ ਜੇ ਆਪਾਂ ਮਿਊਜ਼ਿਕ ਦੀ ਗੱਲ ਕਰੀਏ, ਰੱਬ ਦਾ ਰੇਡੀਓ 2 ਦਾ ਮਿਊਜ਼ਿਕ ਬਹੁਤ ਹੀ ਸਾਡੇ ਜਿਹੜੇ ਸੀਨੀਅਰ ਵੀ ਨੇ ਔਰ ਮਿਊਜ਼ਿਕ ਇੰਡਸਟਰੀ 'ਚੋਂ ਜਦੇਵ ਭਾਅ ਜੀ ਨੇ ਮਿਊਜ਼ਿਕ ਕੀਤਾ ਔਰ ਬੜਾ ਕਮਾਲ ਦਾ, ਪਲੱਸ ਜਸ ਗਰੇਵਾਲ ਭਾਅ ਜੀ ਜਿਨ੍ਹਾਂ ਨੇ ਇਹਦੇ ਡਾਇਲੋਗ ਲਿਖੇ। ਮੈਂ ਇੱਕ ਚੀਜ਼ ਦੇਖੀ ਉਹਨਾਂ ਦੀ ਰਾਈਟਿੰਗ ਦੀ, ਜਿਸ ਤਰ੍ਹਾਂ ਰੱਬ ਦੇ ਰੇਡੀਓ 1 ਦੀ ਜੇ ਗੱਲ ਕਰੀਏ, ਉਹ ਕੈਸਾ ਇਮੋਸ਼ਨਸ, ਕੈਸੀ ਫੀਲ ਸੀ, ਮਤਲਬ ਔਰਤਾਂ ਦੇ ਇਮੋਸ਼ਨਸ ਨੇ ਬੰਦੇ ਰਵਾ ਦਿੱਤੇ ਸੀਗੇ। ਬਿਲਕੁਲ, ਜੇ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋਵੋ, ਐਸਾ ਉਹ ਇੱਕ ਇਮੋਸ਼ਨ ਫੜਦੇ ਨੇ ਕਿ ਜਿਹਦੇ ਨਾਲ, ਔਰ ਇਸ ਵਾਰੀ ਤੁਹਾਡਾ ਟ੍ਰੇਲਰ ਦੇਖ ਲੱਗ ਰਿਹਾ ਕਿ ਇਸ ਵਾਰੀ ਕੁਛ ਭਰਾਵਾਂ ਭਰੂਵਾਂ ਦਾ ਇਮੋਸ਼ਨ ਫੜਿਆ। ਇਹ ਗੈਸ ਹੈ, ਇਟ ਜਸਟ ਮਾਈ ਗੈਸ ਹੈ, ਮੈਂ ਬਾਕੀ ਫਿਲਮ ਦੇਖ ਕੇ ਪਤਾ ਲੱਗੇਗਾ। ਤਕਰੀਬਨ ਤੁਹਾਡਾ ਗੈਸ ਠੀਕ ਆ। ਚਲੋ ਸ਼ੁਕਰ ਆ ਜੀ, ਮੈਂ ਦੇਖਿਆ ਕਿ ਵੀ ਗੱਲ, ਔਰ ਜਿਹੜੇ ਇਮੋਸ਼ਨ ਨਾਲ ਤੁਸੀਂ ਖੇਡ ਰਹੇ ਹੋ ਨਾ ਭਾਈ, ਇਹ ਗੱਲ ਸਹੀ ਆ ਵੀ ਸਿੱਧੀ ਐਦਾਂ ਵੱਜਦੀ ਜਾ। ਦੇਖੋ ਗੱਲ ਇਹ ਆ ਵੀ ਜਿਹੜੀ ਅਸਲੀਅਤ ਹੁੰਦੀ ਹੈ ਨਾ,
ਇਮੋਸ਼ਨਲ ਬੰਦਾ ਉੱਥੇ ਹੁੰਦਾ ਜਿੱਥੇ ਉਹਨੂੰ ਅਸਲੀਅਤ ਲੱਗ ਰਹੀ ਹੈ। ਹਰ ਹਰ ਘਰ ਦੀ ਕਹਾਣੀ ਹੈ, ਬਿਲਕੁਲ ਜਿੱਥੇ ਤੁਹਾਨੂੰ ਉਹ ਦਿਖਦੀਆਂ ਨੇ ਚੀਜ਼ਾਂ, ਤੁਹਾਨੂੰ ਪਤਾ ਵੀ ਇਹ ਸਾਡੇ ਰਿਸ਼ਤੇਦਾਰੀ 'ਚ ਹੈਗੀਆਂ ਜਾਂ ਸਾਡੇ ਖੁਦ ਦੇ ਘਰ 'ਚ ਹੈਗੀਆਂ, ਜਿਹੜੀਆਂ ਆਪਣੇ ਆਪਾਂ ਨੂੰ ਜਿਹੜੀਆਂ ਜੜ੍ਹਾਂ ਤੋਂ ਮਿਲੀਆਂ ਹੋਈਆਂ ਚੀਜ਼ਾਂ ਨੇ ਪਿਆਰ। ਆਪਾਂ ਇਮੋਸ਼ਨਲ ਵੀ ਹਾਂ, ਜਜ਼ਬਾਤੀ ਹਾਂ, ਪਿਆਰ ਜਿੱਥੇ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਕਰਦੇ ਹਾਂ, ਤੇ ਆਪਾਂ ਦਿਲਦਾਰ ਬਹੁਤ ਹਾਂ ਜਿਹੜਾ ਸਾਨੂੰ ਇਹ ਚੀਜ਼ਾਂ ਮਿਲੀਆਂ ਹੋਈਆਂ। ਕਿਤੇ ਵੀ ਤੁਸੀਂ ਇਹ ਦੇਖ ਲਓ ਵੀ ਸਾਰੀ ਦੁਨੀਆ ਜਿੱਥੇ ਪੰਜਾਬੀ ਆ ਉੱਥੇ ਲੰਗਰ ਚੱਲਦਾ, ਠੀਕ ਹੈ ਜੀ। ਇਹ ਆਪਾਂ ਨੂੰ ਮਿਲੀਆਂ ਹੋਈਆਂ ਚੀਜ਼ਾਂ ਨੇ ਕਿਉਂਕਿ ਆਪਾਂ ਜਜ਼ਬਾਤੀ ਹਾਂ, ਆਪਾਂ ਇਨਸਾਨੀਅਤ ਨੂੰ ਅਤੇ ਇਨਸਾਨਾਂ ਨੂੰ ਪਿਆਰ ਕਰਨ ਵਾਲੇ ਬੰਦੇ ਹਾਂ, ਸਾਡੀ ਉਹ ਕੌਮ ਹੈਗੀ ਆ, ਸਾਨੂੰ ਉਹ ਚੀਜ਼ਾਂ ਮਿਲੀਆਂ ਹੋਈਆਂ ਵਿਰਸੇ 'ਚ। ਅਤੇ ਇਹ ਇਮੋਸ਼ਨ ਹਮੇਸ਼ਾ ਮੈਨੂੰ ਲੱਗਦਾ ਜਦੋਂ ਤੁਸੀਂ ਜਿੰਨੇ ਕਰੈਕਟਰ ਰਿਐਲਿਟੀ ਦੇ ਨੇੜੇ ਹੋਣਗੇ ਇਮੋਸ਼ਨ ਉਨਾ ਸਟਰੋਂਗ ਹੋਊਗਾ। ਤੇ ਬੇਸਿਕਲੀ ਇਹ ਘਰ ਘਰ ਦੀ ਕਹਾਣੀ ਵਾਲੀ ਫਿਲਮ ਜਿਵੇਂ ਮੈਂ ਕਹਿ ਸਕਦਾ ਉਹ ਹੈਗੀ ਆ। ਤੇ ਮਿਊਜ਼ਿਕ ਦਾ ਬੈਕ ਸਕੋਰ ਸਾਰਾ ਜੈਦੇਵ ਭਾਜੀ ਨੇ ਕੀਤਾ, ਜਿਵੇਂ ਤੁਸੀਂ ਕਿਹਾ ਜੈਦੇਵ ਭਾਜੀ ਦਾ ਫੀਲ ਦੇ ਵਿੱਚ ਉਹ ਆਪਣੇ ਆਪ 'ਚ ਮਾਸਟਰ ਨੇ, ਜਿਵੇਂ ਰੱਬ ਦਾ ਰੇਡੀਓ ਦੇ ਵਿੱਚ ਵੀ ਉਹਨਾਂ ਨੇ ਪਹਿਲਾਂ ਵਾਲੀ ਜਿਹੜਾ ਸਾਰਾ ਫੀਲ ਸੀਗਾ। ਅਤੇ ਅਸੀਂ ਕੋਸ਼ਿਸ਼ ਕੀਤੀ ਆ ਵੀ ਕਿਉਂਕਿ ਨਾ ਜਦੋਂ ਇੱਕ ਕਿਰਦਾਰਾਂ ਨਾਲ ਤੁਸੀਂ ਜੁੜੇ ਹੋਏ ਹੋ, ਜਿਹੜੇ ਕਿਰਦਾਰਾਂ ਨੂੰ ਤੁਸੀਂ ਪਿਆਰ ਕਰਦੇ ਹੋ, ਚਾਹੇ ਮਨਜਿੰਦਰ ਆ ਚਾਹੇ ਗੁੱਡੀ ਆ, ਜਿੰਨੇ ਵੀ ਕਿਰਦਾਰ ਰੱਬ ਦੇ ਰੇਡੀਓ ਦੇ ਹੈਗੇ ਆ ਉਹਨਾਂ ਨੂੰ ਤੁਸੀਂ ਪਿਆਰ ਕਰਦੇ ਹੋ, ਚਾਹੇ ਉਹ ਛੋਟੀ ਜਿਹੀ ਕੁੜੀ ਆ, ਠੀਕ ਹੈ ਜੀ, ਉਹ ਕਿਰਦਾਰਾਂ ਨੂੰ ਤੁਸੀਂ ਪਿਆਰ ਕਰਦੇ ਹੋ। ਅਸੀਂ ਉਹ ਜਿਹੜਾ ਮਿਊਜ਼ੀਕਲ ਫੀਲ ਸੀ ਰੱਬ ਦੇ ਰੇਡੀਓ ਦਾ ਅਸੀਂ ਉਹਨੂੰ ਤੋੜਨਾ ਨਹੀਂ ਸੀ, ਤੋੜਨਾ ਨਹੀਂ ਸੀ, ਅਸੀਂ ਉਹ ਸਾਰੀਆਂ ਚੀਜ਼ਾਂ ਦਾ ਫਲੇਵਰ ਅਸੀਂ ਉਹ ਮਤਲਬ ਬੰਦਾ ਇਹ ਨਾ ਹੋਵੇ ਵੀ ਆ ਕੇ ਉੱਥੇ ਉਹਨੂੰ ਫਲੇਵਰ ਮਿਸ ਕਰੇ, ਅਸੀਂ ਆਪਣੇ ਵੱਲੋਂ ਇਹ ਬੈਸਟ ਟ੍ਰਾਈ ਇਹੀ ਕੀਤੀ ਵੀ ਅਸੀਂ ਸੇਮ ਪ੍ਰੋਡਕਟ ਨੂੰ ਇੱਕ ਨਵੇਂ ਤਰੀਕੇ ਨਾਲ ਨਵੀਆਂ ਚੀਜ਼ਾਂ ਨਵੇਂ ਨਵੇਂ ਚੈਲੰਜ, ਜੋ ਕਿਉਂਕਿ ਆਪਣੀ ਜ਼ਿੰਦਗੀ ਹੈ ਇੱਕ, ਆਪਣੀ ਜ਼ਿੰਦਗੀ ਕਦੇ ਵੀ ਇੱਕ ਸਾਰ ਨਹੀਂ ਰਹਿੰਦੀ, ਆਹ 5 ਸਾਲ ਹੋਰ ਨੇ, ਅਗਲੇ 5 ਸਾਲ ਹੋਰ ਨੇ, ਉਹੀ ਚੀਜ਼ ਹੈ ਜੀ। ਕੀ ਬਾਤ ਹੈ, ਸੋ ਇਹ ਫਟਾਫਟ ਇੱਕ ਛੋਟੀ ਜਿਹੀ ਕਾਲ ਲੈਣੀ ਹੈ। ਹਾਂਜੀ ਬਾਬਾ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਆ ਪੁੱਤਰ ਜੀ? ਬਹੁਤ ਵਧੀਆ, ਮਾਦਾ ਗਿਣ ਕੇ 40 ਸਕਿੰਟ ਹੀ ਹੋ ਆਪਣੇ ਕੋਲ। ਮੈਂ ਵੀ ਅੱਜ 1 ਮਿੰਟ 'ਚ ਗੱਲ ਖਤਮ ਕਰ ਦੇਣੀ। 40 ਸਕਿੰਟ ਗਏ, ਤੁਸੀਂ 20 ਉੱਪਰ ਲੈ ਲੈ। ਨਹੀਂ, ਸਾਰੀ ਫੈਮਿਲੀ ਨੂੰ ਸਤਿ ਸ਼੍ਰੀ ਅਕਾਲ ਮੇਰੇ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤੇ ਬਾਕੀ ਤਰਸੇਮ ਪੁੱਤਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ, ਤੇ ਵੀ ਮੈਂ ਰੋਜ਼ YouTube ਤੇ ਗਾਣਾ ਤੇ ਦੇਖ ਰਹੀ ਹਾਂ ਇਸ ਟਾਈਮ। ਅੱਛਾ, ਤੇ ਬਾਕੀ ਪ੍ਰਮਾਤਮਾ ਇਹਨੂੰ ਕਹਿ ਵੀ ਤੇਰੀਆਂ ਸੋਹਣੀਆਂ ਸੋਹਣੀਆਂ ਮੂਵੀਆਂ ਆਉਣ ਮਹਾਰਾਜ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਮੇਰਾ ਪੁੱਤਰ। ਅੱਛਾ, ਇਹ ਗੱਲ ਮੈਂ ਕਹਾਂ, ਇਹ ਤਾਂ ਤੁਹਾਡੀ ਡਾਇਰੈਕਟ ਪਹੁੰਚ ਗਈ ਹੁਣ ਤੱਕ। ਸ਼ੁਕਰੀਆ, ਮੈਂ ਕਹਿ ਰਹੀ ਹਾਂ। ਅੱਛਾ, ਤੁਸੀਂ ਕਹਿ ਰਹੇ ਹੋ ਮੇਰਾ ਬੇਟਾ ਬੋਲੇ ਸੀ, ਮੈਨੂੰ ਲੱਗਾ ਕਹਿੰਦੇ ਇਹਨੂੰ ਕਹਿ ਕਿ ਇਹ ਤਾਂ। ਸ਼ੁਕਰੀਆ ਜੀ, ਚਲੋ ਸ਼ੁਕਰੀਆ ਮਾਦਾ, ਬਹੁਤ ਬਹੁਤ ਧੰਨਵਾਦ, ਥੈਂਕ ਯੂ ਸੋ ਮਚ। ਟਾਈਮ ਥੋੜਾ ਜਿਹਾ ਕਟੋਲ ਕਰਕੇ ਕੱਟ ਗੱਲ ਹੋ ਸਕਦੀ ਹੈ। ਥੈਂਕ ਯੂ, ਦਿਲੋਂ ਧੰਨਵਾਦ, ਜਿਹੜੇ ਸਾਰੇ ਦੁਆਵਾਂ ਅਸੀਸਾਂ ਸਾਨੂੰ ਸਤੋਂ ਬੜਿਆਂ ਦੀਆਂ ਮਿਲਦੀਆਂ। ਮੈਨੂੰ ਲੱਗਦਾ ਵਿਹਲੀ ਆ ਤਾਂ ਚੱਲੀ ਹੀ ਦੁਆਵਾਂ ਅਸੀਸਾਂ ਕਰਕੇ ਫਿਰਦੀ ਆ, ਕਿਉਂਕਿ ਜਿੱਦਾਂ ਦਾ ਕੰਟੈਂਟ ਨਹੀਂ ਅਸੀਂ ਜਿਹੜੇ ਨੂੰ ਹੱਥ ਪਾਉਂਦੇ ਹਾਂ ਉਹ ਕੋਈ ਬਹੁਤ ਸਿਆਣਪੜਾ ਨਹੀਂ ਹੁੰਦਾ, ਅਤੇ ਪਰ ਇਹ ਸਭ ਦੁਆਵਾਂ ਅਸੀਸਾਂ ਨੇ ਵੀ ਸਾਨੂੰ ਲੋਕ ਉਸ ਤਰੀਕੇ ਨਾਲ ਉਵੇਂ ਉਹਨੇ ਨੈਕਸਟ ਲੈਵਲ ਚਲਾਕ। ਤੁਸੀਂ ਮੈਨੂੰ ਪਤਾ, ਤੁਸੀਂ ਉਹ ਕਹਿੰਦੇ ਨੇ ਕੋਈ ਕੰਟੈਂਟ ਵਧੀਆ, ਉਹ ਘੁੰਡੀ ਹੁੰਦੀ ਹੈ ਬੇਸਿਕਲੀ, ਜਿੱਦਾਂ ਇੱਕ ਕੜੀ ਹੁੰਦੀ ਹੈ ਨਾ ਇੱਕ ਪੂਰੀ ਚੇਨ ਦੇ ਵਿੱਚ, ਜਦੋਂ ਉਸ ਘੁੰਡੀ ਨੂੰ ਹੀ ਹੱਥ ਪਾ ਲਿਆ ਤਾਂ ਫਿਰ ਪਿੱਛੋਂ ਭਾਵੇਂ ਸਾਰੀ ਚੇਨ ਨਾ ਫੜੋ, ਹਮੇ ਰਹੇ ਨਾ, ਅਤੇ ਉਹ ਚੀਜ਼ ਆ ਬੜਾ ਅੱਛਾ ਲੱਗਾ। ਇੱਕ ਚੀਜ਼ ਮੈਂ ਪਰਸਨਲ ਕੁਐਸਚਨ ਹੈ ਤੁਹਾਡਾ, ਆ ਜਿਸ ਤਰ੍ਹਾਂ ਤੁਸੀਂ ਵਿਹਲੀ ਜਨਤਾ ਬਾਰੇ ਦੱਸਿਆ, ਪ੍ਰੋਡਿਊਸ ਬਾਏ ਵਿਹਲੀ ਜਨਤਾ, ਅਤੇ ਇਹ ਕਿਹੜੀ ਵਿਹਲੀ ਜਨਤਾ ਭਾਈ ਇੰਨਾ ਕੰਮ ਕਰੀ ਜਾਂਦੀ ਹੈ? ਅਸਲੀ ਵਿਹਲੀ ਜਨਤਾ ਤਾਂ ਇਹ ਆ, ਇਹ ਲੈ ਕੇ ਜਾਓ ਕਿਤੇ, ਇਹ ਤਾਂ ਜਿੰਨਾ ਕੰਮ ਮੈਂ ਵਿਹਲੀ ਜਨਤਾ ਦਾ ਸੁਣ ਰਿਹਾ, ਔਰ ਐਡਾ ਕਮਾਲ ਦਾ ਕੰਮ, ਇੰਨੀ ਡੈਡੀਕੇਸ਼ਨ ਨਾਲ ਕੰਮ ਕਰਦੇ ਸਾਰੇ, ਤੇ ਇਹ ਕਿਹੜੀ ਵਿਹਲੀ ਜਨਤਾ ਭਾਈ? ਮੈਂ ਤੁਹਾਨੂੰ ਦੱਸ ਦਿੰਦਾ, ਇਹ ਆਹ ਵਿਹਲੀ ਜਨਤਾ ਸਾਰੀ, ਸਾਡੀ ਟੀਮ ਵਿਹਲੀ ਜਨਤਾ, ਇਹ ਉਹੀ ਵਿਹਲੀ ਜਨਤਾ ਜਿਹੜੀ ਅਸਲ 'ਚ ਵਿਹਲੀ ਸੀ, ਜਿਹੜੀ ਕਾਲਜ ਤੋਂ ਬਾਅਦ ਜਾਂ ਆਪਣੀ ਲਾਈਫ ਦੇ ਵਿੱਚ ਸਾਰੇ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਹਾਂ ਯਾਰ ਤੁਸੀਂ ਕੁਛ ਕੀਤਾ ਨਹੀਂ ਕੀਤਾ ਨਹੀਂ, ਤੇ ਹੁਣ ਡੈਡੀਕੇਸ਼ਨ ਨਾਲ ਤੇ ਇਮਾਨਦਾਰੀ ਨਾਲ ਉਹੀ ਬੰਦਾ ਕੰਮ ਕਰਦਾ ਜਿਹਨੂੰ ਮਸਾਂ ਮਿਲਦਾ। ਸੁਪਰਬ ਭਾਈ, ਸੁਪਰਬ, ਥੈਂਕ ਯੂ ਸੋ ਮਚ। ਅਸੀਂ ਇੰਨਾ ਵਿਹਲੇ ਰਹਿ ਕੇ ਤੇ ਇੰਨਾ ਉਹ ਚੀਜ਼ਾਂ ਨੂੰ ਦੇਖਿਆ ਹੋਇਆ, ਹੁਣ ਜੇ ਪ੍ਰਮਾਤਮਾ ਨੇ ਦਿੱਤਾ ਤਾਂ ਹੁਣ ਦਿਨ ਰਾਤ ਬਸ ਇਹਦੇ ਜੋਗੇ ਹੀ ਆ, ਤੇ ਸਾਨੂੰ ਇਹ ਵੀ ਇਹਦੇ ਵਿੱਚ ਹੁਣ ਪੂਰਾ ਡੈਡੀਕੇਸ਼ਨ ਨਾਲ ਕੰਮ ਕਰੀਏ। ਕੀ ਬਾਤ ਭਾਈ, ਸਾਡੇ ਜਸ ਪੰਜਾਬੀ ਟੀਮ ਵੱਲੋਂ ਔਰ ਜੀ ਜਨਾਬ ਦੀ ਟੀਮ ਵੱਲੋਂ ਰੱਬ ਦਾ ਰੇਡੀਓ 2 ਔਰ ਤੁਹਾਡੀਆਂ ਆਉਣ ਵਾਲੀਆਂ ਸਾਰੀਆਂ ਫਿਲਮਾਂ ਸਾਰੇ ਗੀਤਾਂ ਲਈ ਤੁਹਾਨੂੰ ਢੇਰ ਸਾਰੀਆਂ ਮੁਬਾਰਕਾਂ ਔਰ ਬੈਸਟ ਆਫ ਲੱਕ, ਹਮੇਸ਼ਾ ਇਹੀ ਖੁਸ਼ ਕਰਨੀ ਮੈਂ ਤਾਂ ਹੁਣ ਫੈਨ ਹੋ ਗਈ ਆ ਸਾਰੀ ਵੇਲੀ ਜਨਤਾ ਦੀ, ਮੈਂ ਤਾਂ ਹੋ ਗਈ ਆ ਹੁਣ ਫੈਨ ਸਾਰੀ ਵੇਲੀ ਜਨਤਾ ਦੀ, ਸਭ ਕੰਮ ਮੰਗਣ ਦੇ ਚੋਸਲੇ ਆ ਮੈਨੂੰ ਸਭ ਪਤਾ। ਲਓ ਜੀ, ਬੜਾ ਮਜ਼ਾ ਆਇਆ, ਬੜਾ ਅੱਛਾ ਲੱਗਾ। ਅੱਜ ਤਰਸੇਮ ਭਾਜੀ ਆਏ, ਬਹੁਤ ਬਹੁਤ ਥੈਂਕ ਯੂ ਭਾਜੀ, ਥੈਂਕ ਯੂ ਤੁਸੀਂ ਸਾਡੇ ਠਾਣੇ ਆਏ। ਵੈਸੇ ਕਹਿਣਾ ਤਾਂ ਨਹੀਂ ਚਾਹੀਦਾ, ਪਰ ਜੇ ਦੁਬਾਰਾ ਚੱਕਰ ਲੱਗੇ ਤੇ ਮਾਰ ਦਿਓ, ਮੈਂ ਲੈ ਗਿਆ, ਹੈ ਮੈਂ ਲੈ ਗਿਆ, ਜੁਣੇ ਸਰ ਤੇਰੇ ਤਲੇ ਭਾਈ ਦਾ, ਦੁਬਾਰਾ ਟਾਈਮ ਹੋਵੇ
ਤੇ ਜਰਾ ਲੈ ਕੇ ਆਈ ਠੀਕ ਹੈ ਚਾਚੀ ਨੂੰ ਵੀ ਮਿਲਣਾ ਘਰੇ ਚੱਲ ਕੇ ਨਾ ਆ ਬਾ ਕੋਈ ਨਹੀਂ ਮੇਰੇ ਬੱਚੇ ਬੜੇ ਫੈਨ ਮਿਲੇ ਮੇਰੇ ਘਰ ਜਾਣਾ ਹੈ ਚਲੋ ਚਲਿਏ ਸਾਈਡ ਬਈ ਸਾਈਡ ਹੋ ਜਾ ਓਏ ਖਲੋ ਜਾ ਸਾਈਡ ਲੋ ਜੀ ਥੈਂਕ ਯੂ ਸੋ ਮੱਚ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਆਈ ਹੋਪ ਤੁਹਾਨੂੰ ਅੱਜ ਦਾ ਐਪੀਸੋਡ ਅੱਛਾ ਲੱਗਿਆ ਹੋਵੇਗਾ ਔਰ ਸਾਰਿਆਂ ਨੇ ਰੱਬ ਦਾ ਰੇਡੀਓ 2 ਜ਼ਰੂਰ ਦੇਖ ਕੇ ਆਉਣੀ ਹੈ ਸੋ ਪ੍ਰੋਗਰਾਮ ਨੂੰ ਇੰਜੋਏ ਕਰਦੇ ਰਹੋ ਐਦਾਂ ਦੇਖਦੇ ਰਹੋ ਸਾਡਾ ਪ੍ਰੋਗਰਾਮ ਜਿਹਦਾ ਨਾਮ ਹੈ ਜੀ ਜਨਾਬ ਤੇ ਜੀ ਜਨਾਬ